ਮੈਂ ਫੇ ਮੇਰੀ ਜਦੋਂ ਬਹੁਤ ਜ਼ਿਆਦਾ ਛੋਟਾ ਸੀ ਤੇ ਮੈਨੂੰ ਦੱਸਦੇ ਹੁੰਦੇ ਮੇਰੀ ਦਾਦੀ ਦਾਦੇ ਕਿ ਜਦੋਂ ਤੂੰ ਛੋਟਾ ਸੀ ਤੂੰ ਨੱਚਦਾ ਹੁੰਦਾ ਸੀ ਤੇ ਮੈਂ ਉਦੋਂ ਹੀ ਕਹਤਾ ਸੀ ਕਿ ਤੇਰੇ ਮੁੰਡੇ ਨੇ ਭੰਗੜਾ ਹੀ ਪਾਉਣਾ ਹੈ ਇਹ ਜਿਹੜੀ ਤੂੰ ਲੈਣ ਸੋਚਦਾ ਉਹਦੇ ਵਿੱਚ ਨਹੀਂ ਜਾਣਾ ਹੂੰ ਕੈਂਡਲਾਈਟ ਲੱਗ ਗਿਆ ਮੈਂ ਸੁਣਿਆ ਨਹੀਂ ਕਦੀ ਵੀ ਗਾਣਾ ਝੂਟਕਾ ਤੋਂ ਬੋਲਣਾ ਤੇ ਉਹ ਜੱਕਦਮ ਜਿਹੜਾ ਕੁਝ ਦਿਮਾਗ ਚ ਆਇਆ ਉਹ ਕਰਦਾ ਹੂੰ ਤੇ ਵਾਹਿਗੁਰੂ ਨੇ ਉਹ ਤਾਂ ਕਿਰਪਾ ਕਰਤੀ ਤੇ ਨਾਲੇ ਉਹ ਜਿਹੜਾ ਸਟੈਪ ਹੈਗਾ ਮੇਰਾ ਨਹੀਂ ਹੈਗਾ ਅੱਛਾ ਮੇਰਾ ਨਹੀਂ ਆਏਗਾ ਉਹ ਐਕਚੁਅਲ ਚ ਪੰਗੜੀ ਦਾ ਹੀ ਮੈਨੂੰ ਹਾਂਜੀ ਕਾਲ ਆਈ ਸੀ ਆਪਣੇ ਵੀਰ ਦੀ ਤੇ ਉਹਨਾਂ ਨੇ ਦੱਸਿਆ ਕਿ ਤੇਰੀ ਵੀਡੀਓ ਕਪਿਲ ਭਾਜੀ ਨੇ ਸ਼ੇਅਰ ਕਰਤੀ ਤੇ ਮੈਂ ਉਹਨੂੰ ਇਹ ਕਿਹਾ ਲ ਮੈਂ ਯਾਰ ਜਾ ਯਾਰ ਇਹ ਵੀ ਫੇਕ ਪੇਜ ਤੋਂ ਸ਼ੇਅਰ ਹੋਈ ਹੋਣੀ ਹੈ ਬਾਈ ਦਾ ਫੇਕ ਪੇਜ ਬਣਾ ਹੋਣਾ ਤੇ ਮੈਨੂੰ ਯਕੀਨ ਨਹੀਂ ਹੋਇਆ ਉਹ ਨਹੀਂ ਕਹਿੰਦਾ ਦੇਖ ਫਿਰ ਮੈਂ ਜਦੋਂ ਦੇਖਿਆ ਤੇ ਮੇਰੀ ਅੱਖਾਂ 'ਚੋਂ ਇੱਕ ਅਰੀ ਤਾਂ ਪਾਣੀ ਆ ਗਿਆ ਖੁਸ਼ੀ ਦਾ ਕਿ ਹਾਂ ਵੀ ਪੰਗੜਾ ਇੱਕ ਵਧੀਆ ਲੈਵਲ ਤੇ ਜਾ ਰਿਹਾ ਬਿਲਕੁਲ ਬਿਲਕੁਲ ਕਿਸਾਨ ਜਦੋਂ ਖੁਸ਼ ਹੁੰਦਾ ਉਦੋਂ ਪੰਗੜਾ ਪਾਉਂਦੇ ਆ ਪਰ ਜੇ ਇਸ ਵੇਲੇ ਕਿਸਾਨ ਹੀ ਨਹੀਂ ਖੁਸ਼ ਹੈਗਾ ਤੇ ਅਸੀਂ ਪੰਗੜਾ ਕਿਉਂ ਪਾਈਏ ਠੀਕ ਹੈ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਪਾਉਣਾ ਪੰਗੜਾ ਅਸੀਂ ਵੀਡੀਓ ਪਾਵਾਂਗੇ ਇਸ ਲਈ ਅਸੀਂ ਕਿਸਾਨੀ ਨੂੰ ਪ੍ਰਮੋਟ ਕਰੀਏ ਠੀਕ ਨਹੀਂ ਤੇ ਉਦਾਂ ਪੰਗੜਾ ਹਜੇ ਅਸੀਂ ਰੋਕਿਆ ਹੋਇਆ ਕਿ ਜਦੋਂ ਜਿੱਤਾਂਗੇ ਕਿਸਾਨ ਮੋਰਚਾ ਉਦੋਂ ਹੀ ਪਾਵਾਂਗੇ ਪੰਗੜਾ ਜੀਤਾ ਬਹੁਤ ਕਰਦਾ ਪੰਗੜਾ ਪਾਈਏ ਪਰ ਜੇ ਸਾਡੇ ਪੰਗੜੇ ਦੇ ਮੋਢੀ ਨਹੀਂ ਖੁਸ਼ ਤੇ ਅਸੀਂ ਕੀ ਕਰਨਾ ਪੰਗੜਾ ਪਾ ਕੇ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਨੈਸ਼ਨਲ ਟੀਵੀ ਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ ਇੱਕ ਵਾਰ ਫਿਰ ਹਾਜ਼ਰ ਹੋ ਗਏ ਆ ਅਸੀਂ ਦੋਵੇਂ ਪ੍ਰੋਗਰਾਮ ਲੈ ਕੇ ਗੱਲ ਪੰਜਾਬ ਦੀ ਸਤਿ ਸ਼੍ਰੀ ਅਕਾਲ ਪੂਜਾ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਚੜ੍ਹਦੀ ਕਲਾ ਅੱਜ ਤਾਂ ਮੇਰਾ ਭੰਗੜਾ ਪਾਉਣ ਨੂੰ ਦਿਲ ਕਰਦਾ ਤੁਹਾਡਾ ਕਦੇ ਕੁਝ ਕਰਨ ਨੂੰ ਦਿਲ ਕਰਦਾ ਹੈ ਕਦੇ ਕੁਝ ਕਰਨ ਨੂੰ ਦਿਲ ਕਰਦਾ ਕਦੇ ਤਾਂ ਕਹੋਗੇ ਅੱਜ ਮੇਰਾ ਵਿਲੇ ਬੈਠਣ ਨੂੰ ਦਿਲ ਕਰਦਾ ਵਿਲੇ ਕਿਉਂ ਬੈਠੀਏ ਬੰਦਾ ਕੰਮ ਕਰਦਾ ਹੀ ਚੰਗਾ ਲੱਗਦਾ ਆ ਭੰਗੜਾ ਪਾਉਣ ਨੂੰ ਤਾਂ ਦਿਲ ਕਰਦਾ ਅੱਜ ਸਾਡੇ ਵਿੱਚਕਾਰ ਭੰਗੜਾ ਕਿੰਗ ਪਹੁੰਚੇ ਨੇ अच्छा जी दुनिया ਉਹਨਾਂ ਨੂੰ ਭੰਗੜਾ ਕਿੰਗ ਦੇ ਨਾਮ ਨਾਲ ਜਾਣਦੀ ਹੈ ਤੇ ਉਹਨਾਂ ਦਾ ਨਾਮ ਪਤਾ ਕੀ ਹੈ ਦੱਸ ਹੀ ਦਿਓ ਫਿਰ ਸਾਰਾ ਕੁਝ ਤਾਂ ਦੱਸ ਰਹੇ ਹੋ ਤੁਸੀਂ ਪੱਕੀ ਗੱਲ ਹੈ ਮੈਨੂੰ ਤਾਂ ਪਤਾ ਹੀ ਆ ਫਿਰ ਵੀ ਤੁਸੀਂ ਦੱਸ ਦਿਓ ਚਲੋ ਉਹਨਾਂ ਦਾ ਨਾਮ ਹੈ বজਲੋ ਨਹੀਂ ਤੁਸੀਂ ਦੱਸੋ ਨਾ বজਲੋ ਫਿਰ ਮੈਂ ਦੱਸ ਦੇਣਾ ਦੱਸੋ ਸਾਡੇ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ ਰਾਜਨ ਆਜਲਾ ਜੀ ਬਿਲਕੁਲ ਮੈਂ ਸਹੀ ਬੋਲਿਆ ਨਾ ਬਿਲਕੁਲ ਮੈਂ ਹੀ ਦੇਖਣਾ ਚਾਹੁੰਦਾ ਸੀ ਕਿ ਭੰਗੜਾ ਕਿੰਗ ਦੇ ਨਾਮ ਨਾਲ ਦੁਨੀਆ ਜਾਣਦੀ ਹੈ ਪਰ ਤੁਹਾਨੂੰ ਨਾਮ ਪਤਾਕ ਨਹੀਂ ਪਤਾ ਬਿਲਕੁਲ ਮੈਨੂੰ ਤਾਂ ਪਤਾ ਹੈ ਤੇ ਸਾਡੇ ਦਰਸ਼ਕਾਂ ਨੂੰ ਵੀ ਅੱਜ ਪਤਾ ਲੱਗ ਗਿਆ ਹੋਵੇਗਾ ਕਿ ਭੰਗੜਾ ਕਿੰਗ ਦੇ ਨਾਮ ਤੋਂ ਜਾਣੇ ਜਾਣ ਵਾਲੇ ਰਾਜਨ ਔਜਲਾ ਜੀ ਦਾ ਨਾਮ ਅਸਲੀ ਕੀ ਹੈ ਸੋ ਹੁਣ ਅਸੀਂ ਬਿਨਾਂ ਕਿਸੇ ਦੇਰੀ ਤੋਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਾਡੇ ਸਟੂਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਪੰਜਾਬੀ ਨੈਸ਼ਨਲ ਚੈਨਲ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਮੇਰਾ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡੇ ਦੋਹਾਂ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਆਪਣੇ ਸਟੂਡੀਓ 'ਚ ਸੱਦਿਆ ਤੇ ਜਿਹੜੀ ਮੈਂ ਪਹਿਲੀ ਗੱਲ ਕਰਨਾ ਚਾਹੁੰਦਾ ਕਿ ਮੈਂ ਭੰਗੜਾ ਕਿੰਗ ਨਹੀਂ ਮੈਂ ਤਾਂ ਇੱਕ ਭੰਗੜੇ ਦਾ ਛੋਟਾ ਜਿਹਾ ਸਪਾਹੀ ਆ ਜੋ ਕਿ ਆਪਣੇ ਵਿਰਸੇ ਦੀ ਸੇਵਾ ਕਰਨ ਦੇ ਵਿੱਚ ਜੁੜਿਆ ਹੋਇਆ ਕਿੰਗ ਦੇ ਨਾਮ ਨਾਲ ਮੈਨੂੰ ਨਾ ਜੜੋ ਕਿਉਂਕਿ ਅਸੀਂ ਹਜੇ ਐਨੇ ਲੈਵਲ ਦੇ ਹੋਏ ਨਹੀਂ ਅਸੀਂ ਅਜੇ ਤਾਂ ਗਰਾਊਂਡ ਲੈਵਲ ਦੇ ਬੰਦੇ ਆ ਤੇ ਜਿਹੜੇ ਕਿੰਗ ਆ ਸਿੱਖ ਦੇ ਜ਼ਰੂਰ ਆ ਕਿੰਗਾ ਤਾਂ ਅਸੀਂ ਭੰਗੜਾ ਸਿੱਖਦੇ ਆ ਕਿ ਜਿਹੜੇ ਆਪਣੇ ਆਪਣੇ ਜ਼ੋਨਲ ਦੇ ਵਿੱਚ ਉਹਨਾਂ ਨੇ ਬਹੁ ਮੱਲਾ ਮਾਰੀਆਂ ਭੰਗੜੇ ਨੂੰ ਲੈ ਕੇ ਜਾ ਹੋਰ ਅਦਰ ਡਾਂਸ ਦੇ ਵਿੱਚ ਹਾਂਜੀ ਵਾਹ ਕਿੰਨੀ ਸੋਹਣੀ ਗੱਲ ਹੈ ਨੂੰ ਦੇਖੋ ਡਾਊਨ ਟੂ ਅਰਥ ਕਿੰਨੇ ਹੋ ਨਹੀਂ ਜੀ ਡਾਊਨ ਟੂ ਅਰਥ ਦੀ ਗੱਲ ਹੀ ਜਿਹੜੀ ਗੱਲ ਸੱਚ ਆ ਉਹ ਉਹ ਮੈਂ ਤੁਹਾਡੇ ਮੂਰੇ ਕਹਿ ਰਿਹਾ ਤੇ ਜੋ ਸੱਚ ਹੁੰਦਾ ਉਹ ਹਮੇਸ਼ਾ ਸਾਹਮਣੇ ਆਉਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਬਹੁਤ ਚੰਗੀ ਗੱਲ ਕਹੀ ਹੈ ਤੁਸੀਂ ਕਿ ਜ਼ਮੀਨ ਦੇ ਨਾਲ ਜੁੜੇ ਰਹਿਣਾ ਵੀ ਇਹ ਵੀ ਇੱਕ ਆਪਣੇ ਆਪ ਚ ਵੱਡੀ ਗੱਲ ਹੋ ਜਾਂਦੀ ਹੈ ਕਿਉਂਕਿ ਜਦੋਂ ਤੁਸੀਂ ਇੱਕ ਮੁਕਾਮ ਤੇ ਪਹੁੰਚ ਜਾਂਦੇ ਹੋ ਉਸ ਮੁਕਾਮ ਤੇ ਅਕਸਰ ਦੇਖਿਆ ਗਿਆ ਹੈ ਕਿ ਲੋਕ ਜਿਹੜੇ ਨੇ ਉਹ ਬਦਲ ਜਾਂਦੇ ਨੇ ਉੱਥੇ ਆ ਕੇ ਪਰ ਉਸ ਲੈਵਲ ਤੇ ਪਹੁੰਚ ਕੇ ਤੁਸੀਂ ਜ਼ਮੀਨ ਨਾਲ ਜੁੜੇ ਰਹਿੰਦੇ ਹੋ ਇਹ ਬਹੁਤ ਸੋਹਣੀ ਗੱਲ ਹੁੰਦੀ ਹੈ ਬਿਲਕੁਲ ਸਿਆਣੇ ਸਾਥੀ ਕਹਿੰਦੇ ਆ ਜੀ ਜੇ ਨੀਵੇਂ ਰਹੋਗੇ ਫਲ ਵੀ ਉਹਨਾਂ ਨੂੰ ਲੱਗਦੇ ਆ ਜੀ ਉੱਚੇ ਉੱਚੇ ਮੂੰਹ ਕਰਕੇ ਜੇ ਕੁਝ ਕਰਾਂਗੇ ਕੋਈ ਫਾਇਦਾ ਨਹੀਂ ਉਹ ਚੀਜ਼ ਦਾ ਵਾ ਵਾ ਕਿੰਨੀ ਸੋਹਣੀ ਗੱਲ ਹੈ ਸੋ ਦੇਖੋ ਹੁਣ ਗੱਲਬਾਤ ਦਾ ਸਿਲਸਿਲਾ ਇਕਦਮ ਹੀ ਇੱਦਾਂ ਸ਼ੁਰੂ ਹੋ ਗਿਆ ਮੈਂ ਕੋਈ ਸਵਾਲ ਵੀ ਨਹੀਂ ਕੀਤਾ ਸੀ ਜੇ ਤਾਂ ਨਹੀਂ ਨਹੀਂ ਕੋਈ ਗੱਲ ਜੀ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਭੰਗੜੇ ਦਾ ਜਿਹੜਾ ਮੁਕਾਮ ਤੁਸੀਂ ਹਾਸਲ ਕੀਤਾ ਹੈ ਲੋਕਾਂ ਵੱਲੋਂ ਇੱਕ ਪਹਿਚਾਣ ਮਿਲੀ ਹੈ ਤੁਹਾਨੂੰ ਤੇ ਇੱਥੇ ਤੱਕ ਆਉਣ ਦਾ ਸਫ਼ਰ ਜਿਹੜਾ ਹੈ ਉਹ ਕਿੱਦਾਂ ਦਾ ਰਿਹਾ ਇਸ ਦੇ ਬਾਰੇ ਅਸੀਂ ਅੱਜ ਪੂਰੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਬਚਪਨ ਦੀ ਕਿਉਂਕਿ ਕੋਈ ਵੀ ਇਨਸਾਨ ਹੈ ਜਿਹੜਾ ਕਿਤੇ ਵੀ ਪਹੁੰਚਿਆ ਹੈ ਉਹਦਾ ਇੱਕ ਪਿੱਛੇ ਭਰਿਆ ਆ ਜਿਹੜਾ ਕਿ ਸਟਰਗਲ ਦੇ ਨਾਲ ਭਰਿਆ ਰਿਹਾ ਆ ਹਨਾ ਤੇ ਬਚਪਨ ਦੇ ਵਿੱਚ ਤੁਸੀਂ ਸੋਚ ਲਿਆ ਸੀਗਾ ਕਿ ਮੈਂ ਭੰਗੜਾ ਹੀ ਕਰਨਾ ਆ ਜਾਂ ਫਿਰ ਘਰ ਦਾ ਮਾਹੌਲ ਕੁਝ ਹੋਰ ਸੀ ਪਹਿਲੀ ਗੱਲ ਜੀ ਚਲੋ ਮਹਾਰਾਜ ਦੀ ਕਿਰਪਾ ਦੇ ਨਾਲ ਪਹਿਲਾਂ ਤਾਂ ਫੈਮਿਲੀ سپورਟਿਵ ਰਹੀ ਆ ਭੰਗੜੇ ਦੇ ਵਿੱਚ ਹਮ ਤੇ ਮੇਰੇ ਫਾਦਰ ਸਾਹਿਬ ਚਾਹੁੰਦੇ ਸੀ ਕਿ ਮੈਂ weightlifter ਬਣਾ ਉਹ ਕਿਉਂ ਆ ਆਪ ਖੁਦ ਉਹਨਾਂ ਨੂੰ ਪਹਿਲਵਾਨੀ ਦਾ ਸ਼ੌਂਕ ਵੀ ਸੀ ਅੱਛਾ ਕਿਨੇ ਮੇਰਾ ਬੇਟਾ ਵੀ ਇਹ ਕੰਮ 'ਚ ਜਾਵੇ ਤੇ ਮੈਂ ਫੇ ਮੇਰੀ ਜਦੋਂ ਬਹੁਤ ਜ਼ਿਆਦਾ ਛੋਟਾ ਸੀ ਤੇ ਮੈਨੂੰ ਦੱਸਦੇ ਹੁੰਦੇ ਮੇਰੀ ਦਾਦੀ ਦਾਦੇ ਕਿ ਜਦੋਂ ਤੂੰ ਛੋਟਾ ਸੀ ਤੂੰ ਨੱਚਦਾ ਹੁੰਦਾ ਸੀ ਤੇ ਮੈਂ ਉਦੋਂ ਹੀ ਕਹਤਾ ਸੀ ਕਿ ਤੇਰੇ ਮੁੰਡੇ ਨੇ ਭੰਗੜਾ ਹੀ ਪਾਉਣਾ ਹੈ ਇਹ ਜਿਹੜੀ ਤੂੰ ਲੈਣ ਸੋਚਦਾ ਉਹਦੇ ਵਿੱਚ ਨਹੀਂ ਜਾਣਾ ਇਹ ਤੇ ਸਫਰ ਤਾਂ ਹਰ ਇੱਕ ਪੰਜਾਬੀ ਦਾ ਜਦੋਂ ਜੰਮਦਾ ਆ ਉਦੋਂ ਹੀ ਸ਼ੁਰੂ ਹੋ ਜਾਂਦਾ ਉਹ ਜੰਮਦਾ ਹੀ ਭੰਗੜਾ ਪਾਉਂਦਾ ਆ ਉਹਦਾ ਸੋ ਪੰਜਾਬੀਆਂ ਦੇ ਤਾਂ ਬਲੱਡ ਵਿੱਚ ਆ ਆਪਣੇ ਮਿਰਸਾ ਤੇ ਬਾਈ ਜੀ ਆਪਾਂ ਹੁਣ ਗੱਲਬਾਤ ਅੱਗੇ ਤੋਰਦੇ ਆ ਬਚਪਨ ਵਿੱਚ ਸਭ ਤੋਂ ਪਹਿਲਾਂ ਤੁਸੀਂ ਭੰਗੜਾ ਕਿੱਥੇ ਪਾਇਆ ਸਭ ਤੋਂ ਪਹਿਲਾਂ ਭੰਗੜਾ ਮੈਂ 1994-95 ਦੇ ਲਾਗੇ ਛਾਗੇ ਨਕੌਦਰ ਸਾਡੇ ਮੇਰਾ ਸ਼ਹਿਰ ਨਕੌਦਰ ਆ ਜੀ ਤੇ ਨਕੌਦਰ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਨਿਕਲਦੀ ਆ ਜੀ ਸ਼ਿਵਰਾਤਰੀ ਤੇ ਉੱਥੇ ਰੂਹ ਪੰਜਾਬ ਦੀ ਭੰਗੜਾ ਕਲੱਬ ਜਿਹਨੂੰ ਲੀਡ ਕਰਦੇ ਸੀ ਉਸਤਾਦ ਮਨੀਸ਼ ਕੁਮਾਰ ਪਾਜੀ ਜਿਹੜੇ ਸਾਡੇ ਨਕੌਦਰ ਤੋਂ ਹੀ ਆ ਜੀ ਤੇ ਜਸਕਰਨ ਪਾਜੀ ਹੁਣੀ ਤੇ ਹੋਰ ਵੀ ਨਕੂਦਰ ਦੇ ਵੱਡੇ ਜਿਹੜੇ ਸਾਡੇ ਸੀਨੀਅਰ ਸੀ ਤੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਉਹ ਸ਼ਵਰਾਤਰੀ ਦੀ ਸ਼ੋਭਾ ਯਾਤਰਾ 'ਚ ਭੰਗੜਾ ਪਾਉਣ ਦਾ ਅੱਛਾ ਤੇ ਹੌਲੀ-ਹੌਲੀ ਜਿਹੜਾ ਸ਼ੋਭਾ ਯਾਤਰਾ ਤੁਰਨੇ ਆਂ ਹੀ ਭੰਗੜਾ ਪਾਉਂਦੇ ਜਾਣਾ ਹਰ ਸਾਲ ਕੰਟੀਨਿਊ ਰਿਹਾ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਹਾਂਜੀ ਉਸ ਤੋਂ ਬਾਅਦ ਜੀ ਫੇ ਸਾਡੇ ਸ਼ਹਿਰ ਦੇ ਵਿੱਚ ਬਾਬਾ ਲਾਲ ਬਾਸ਼ਾਹੀ ਦਾ ਮੇਲਾ ਹੁੰਦਾ ਉੱਥੇ ਕਾਫੀ ਸਿੰਗਰਜ਼ ਆਉਂਦੇ ਆ ਤੇ ਉੱਥੇ ਵੀ ਭੰਗੜਾ ਪਾਉਣ ਦਾ ਮੌਕਾ ਮਿਲਿਆ ਉੱਥੋਂ ਅੱਛਾ ਮਾਰਾਈ ਨੇ ਬਹੁਤ ਕਿਰਪਾ ਕੀਤੀ ਤੇ ਸਾਡੇ ਕਾਕਾ ਚਾਚਾ ਉਥੇ ਦੇ ਪ੍ਰਧਾਨ ਹੁੰਦੇ ਸੀ ਪਹਿਲਾਂ ਤੇ ਉਹਨਾਂ ਨੇ ਮੌਕਾ ਦਿੱਤਾ ਤੇ ਫੇਰ ਉਥੋਂ ਮੈਂ ਜੁਆਇਨ ਕੀਤਾ ਜੋਸ਼ ਜਵਾਨੀ ਦਾ ਸਭਿਆਚਾਰ ਕਲੱਬ ਜਲੰਧਰ ਫੇ ਮੈਂ ਉਹਨਾਂ ਦੇ ਨਾਲ ਆਇਆ ਫੇ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਉਹਨਾਂ ਨੂੰ ਉਸ ਟਾਈਮ ਦੇ ਵਿੱਚ ਬਲਬੀਰ ਭਾਜੀ ਰਿੰਕੂ ਭਾਜੀ ਬਿੰਦਰ ਭਾਜੀ ਤੰਨੀ ਭਾਜੀ ਉਸਤਾਦ ਵਿਜੇ ਜੀ ਉਦੋਂ ਢੋਲ ਵਜਾਉਂਦੇ ਹੁੰਦੇ ਸੀ ਤੇ ਮਨਿੰਦਰ ਭਾਜੀ ਹੁਣੀ ਸਾਰੇ ਇਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਹਾਂਜੀ ਵਾਹ ਜੀ ਤੇ ਤੁਸੀਂ ਕਿਹੜੀ ਉਮਰ ਦੇ ਵਿੱਚ ਜਿਹੜਾ ਫਸਟ ਟਾਈਮ ਸ਼ੁਭਾ ਯਾਤਰਾ ਦੇ ਵਿੱਚ ਪੰਗੜਾ ਪਾਇਆ ਸੀਗਾ ਮੈਂ 4 4-5 ਸਾਲ ਦਾ ਹੀ ਜਦੋਂ ਮੈਂ ਪਹਿਲੀ ਵਾਰੀ ਪੰਗੜਾ ਪਾਇਆ ਹਾਂਜੀ ਮਤਲਬ 4-5 ਸਾਲ ਦੀ ਉਮਰ ਦੇ ਵਿੱਚ ਸ਼ੁਰੂ ਕਰ ਦਿੱਤਾ ਸੀ ਤੇ ਕੋਈ ਮਤਲਬ ਬੱਚਿਆਂ ਨੂੰ ਹੁੰਦਾ ਨਾ ਕਿ ਥੋੜਾ ਸ਼ਰਮ ਆਉਂਦੀ ਐ ਸੰਗ ਕਰਦੇ ਨੇ ਤੇ ਇਦਾਂ ਦਾ ਕੁਝ ਨਹੀਂ ਸੀਗਾ ਨਹੀਂ ਪੰਜਾਬੀ ਸ਼ਰਮ ਸ਼ਰਮਾ ਲਓ ਤਾਂ ਹੈ ਨਹੀਂ ਕਰਦੇ ਇਦਾਂ ਹੀ ਆਦੀ ਅੱਛਾ ਇੱਥੇ ਮੈਂ ਨਾ ਦਰਸ਼ਕਾਂ ਨੂੰ ਇੱਕ ਚੀਜ਼ ਸੁਣਾਣਾ ਚਾਹੂੰਗਾ ਜਿਹੜੀ ਪਿੱਛੇ ਰਹਿ ਗਈ ਆ ਉਹ ਇਹ ਚੀਜ਼ ਆ ਕਿ ਬਾਈ ਜੀ ਹੋਰਾਂ ਦੀ ਵੀਡੀਓ ਸਾਰਿਆਂ ਨੇ ਦੇਖੀ ਹੋਣੀ ਆ ਕੈਂਡਲ ਲਾਈਟ ਡਿਨਰ ਆ ਦੇ ਵਾਅਦੇ ਕਰਕੇ ਦੇਖੀ ਵੀਡੀਓ ਬਿਲਕੁਲ ਦੇਖੀ ਹੈ ਤੇ ਉਸ ਤੋਂ ਬਾਅਦ ਹਨੀ ਸਿੰਘ ਦੇ ਗਾਣੇ ਵਿੱਚ ਵੀ ਆਏ ਹੋਰ ਬਾਈ ਜੀ ਦੇ ਕਹਿ ਲੋ ਕਿ ਐਸੇ ਬਹੁਤ ਚੀਜ਼ਾਂ ਇਧਰ ਆ ਰਹੀਆਂ ਨੇ ਤੇ ਆਉਂਦੀਆਂ ਵੀ ਰਹਿਣਗੀਆਂ ਹੂੰ ਤੇ ਰਾਜ ਨੌਜਲਾ ਕੋਈ ਛੋਟਾ ਮੋਟਾ ਨਾਮ ਨਹੀਂ ਪੰਗੜੇ ਦੇ ਵਿੱਚ ਬਹੁਤ ਵੱਡਾ ਨਾਮ ਹੈ ਇਹ ਤਾਂ ਬਾਈ ਜੀ ਦਾ ਬੜਪਣ ਹੈ ਜਿਹੜਾ ਕਹਿ ਰਿਹਾ ਕਿ ਮੈਂ ਕਿੰਗ ਨਹੀਂ ਇਹ ਤਾਂ ਗੱਲ ਹੈ ਆਪਾਂ ਹੁਣ ਕੈਰੀਅਰ ਦੇ ਬਾਰੇ ਵੀ ਗੱਲ ਕਰਾਂਗੇ ਪਰ ਪਹਿਲਾਂ ਬਚਪਨ ਨੂੰ ਤਾਂ ਕਵਰ ਕਰ ਲਈਏ ਬਚਪਨ ਦੀਆਂ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਤੁਹਾਡੇ ਤੇ ਜਦੋਂ ਤੁਸੀਂ ਘਰ ਦੇ ਵਿੱਚ 4-5 ਸਾਲ ਦੀ ਉਮਰ 'ਚ ਤੁਸੀਂ ਪੰਗੜਾ ਸ਼ੁਰੂ ਕੀਤਾ ਪਹਿਲੀ ਗੱਲ ਤਾਂ ਹਨਾ ਉਸ ਤੋਂ ਬਾਅਦ ਜਦੋਂ ਤੁਹਾਡਾ ਪੰਗੜਾ ਦੇਖਿਆ ਕਰਦਿਆਂ ਨੇ ਉਹਨਾਂ ਦਾ ਕੀ ਰਿਸਪੌਂਸ ਸੀ ਦੇਖਣਾ ਕੀ ਉਹਨਾਂ ਨੂੰ ਪਤਾ ਹੀ ਮੰਡਾ ਪੰਗੜਾ ਪਾਉਂਦਾ ਤੇ ਫੇ ਉਹਨਾਂ ਨੂੰ ਇਹ ਚਾਹ ਸੀ ਕਿ ਮੈਂ ਜਿਹੜੇ ਚੰਗੇ ਉਸਤਾਦ ਆ ਉਹਨਾਂ ਤੋਂ ਚੰਗੀ ਸਿੱਖਿਆ ਹਾਸਲ ਕਰਾਂ ਜੀ ਤੇ ਮੇਰੇ ਪੇਰੈਂਟਸ ਨੇ ਮੈਨੂੰ ਫੁੱਲ ਸਪੋਰਟ ਕੀਤੀ ਈਵਨ ਕਿ ਮੈਂ ਜਦੋਂ ਪੰਗੜਾ ਪਾਉਣਾ ਛੋਟੇ ਹੁੰਦੇ ਮੈਨੂੰ ਇੰਨੀ ਇੱਕ ਭੰਗੜੇ ਦੇ ਅਡਰੈਸਾਂ ਲੈਤੇ ਆਂ ਸ਼ਾਇਦ ਮੈਨੂੰ ਕੋਨੇ ਕੱਪੜੇ ਨਹੀਂ ਹੋਣੇ ਉਦਾਂ ਜਿੰਨੀਆਂ ਮੈਨ ਤੋਂ ਭੰਗੜੇ ਅਡਰੈਸਾਂ ਹੋਣੀਆਂ ਅਸੱਚਾ ਜੀ ਤੇ ਫਿਰ ਸਕੂਲ ਦੇ ਵਿੱਚ ਸਫਰ ਕਿੱਦਾਂ ਦਾ ਰਿਹਾ ਤੁਹਾਡਾ ਸਕੂਲ ਦੇ ਵਿੱਚ ਵੀ ਭੰਗੜਾ ਪਾਇਆ ਭਾਜੀ ਮਨੀਸ਼ ਭਾਜੀ ਦੀ ਛਤਰਛਾਇਆ ਹੇਠ ਉਥੇ ਕੋਚ ਹੁੰਦੇ ਸੀ ਭਾਜੀ ਤੇ ਵਧੀਆ ਸਫਰ ਰਿਹਾ ਸਕੂਲ ਦਾ ਵੀ ਤੇ ਬਾਈ ਜੀ ਸਕੂਲ ਦੇ ਵਿੱਚ ਕਿਹੜੀ ਕਲਾਸ ਤੋਂ ਭੰਗੜਾ ਸ਼ੁਰੂ ਕੀਤਾ ਸਕੂਲ ਦੇ ਵਿੱਚ ਜੀ ਐਗਜ਼ੈਕਟ ਹੁਣ ਮੈਨੂੰ ਕਲਾਸ ਦਾ ਚੇਤਾ ਨਹੀਂ ਉਦਾਂ ਹੀ ਪੰਜਵੀਂ ਛੇਵੀਂ ਦੇ ਲਾਗੇ ਛਾਗੇ ਜੀ ਸ਼ੁਰੂ ਕਰਤਾ ਇਹ ਅੱਛਾ ਜੀ ਤੇ ਜਦੋਂ ਸਕੂਲ ਦੇ ਵਿੱਚ ਤੁਸੀਂ ਭੰਗੜਾ ਪਾਉਂਦੇ ਸੀਗੇ ਇੱਕ ਦੇਖਿਆ ਗਿਆ ਕਿ ਜਦੋਂ ਬੱਚੇ ਨਾ ਕੋਈ ਨਾ ਕੋਈ ਐਕਟੀਵਿਟੀ ਦੇ ਵਿੱਚ ਜੁੜ ਜਾਂਦੇ ਨੇ ਤੇ ਪੜ੍ਹਾਈ ਨਾਲੋਂ ਥੋੜਾ ਜਿਹਾ ਲਿੰਕ ਕੱਟ ਜਾਂਦਾ ਆ ਤੇ ਐਦਾਂ ਦਾ ਕਦੇ ਤੁਹਾਡੇ ਨਾਲ ਵੀ ਕੁਝ ਹੋਇਆ ਦੇਖੋ ਜੀ ਮੈਨੂੰ ਨਾ ਝੂਠ ਬੋਲਣਾ ਨਹੀਂ ਆਉਂਦਾ ਉਹਦਾ ਤੇ ਨਾ ਹੀ ਮੈਂ ਬੋਲਦਾ ਤੇ ਪੜ੍ਹਾਈ ਵਿੱਚ ਠੀਕ ਯਾਰੀ ਤੇ ਹਾਂਜੀ ਇੰਨਾ ਕੀ ਪਾਸ ਹੋ ਜੀਦਾ ਸੀ ਪਰ ਪਰ ਮੈਂ ਇੱਕ ਗੱਲ ਨੋਟ ਕਰਤਾ ਜਾਂ ਬਾਕੀਆਂ ਨੂੰ ਵੀ ਦੱਸਣਾ ਚਾਹਨਾ ਕਿ ਇੱਕ ਪੜ੍ਹਾਈ ਹੀ ਉਹ ਚੀਜ਼ ਆ ਜਿਹੜੀ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ ਤੁਹਾਡੀ ਦੌਲਤ ਖੋ ਲੂਗਾ ਤੁਹਾਡੇ ਕੋ ਹਰ ਚੀਜ਼ ਖੋ ਸਕਦਾ ਪਰ ਤੁਹਾਡੇ ਕੋ ਤੁਹਾਡੀ ਐਜੂਕੇਸ਼ਨ ਕੋਈ ਨਹੀਂ ਖੋ ਸਕਦਾ ਐਜੂਕੇਸ਼ਨ ਦੇ ਸਿਰ ਤੇ ਤੁਸੀਂ ਬਹੁਤ ਬਲੰਦੀਆਂ ਦੇ ਪਹੁੰਚ ਸਕਦੇ ਆ ਜੀ ਪੈਸੇ ਨਾਲ ਉੱਚੀ ਚੀਜ਼ ਆ ਤੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਇਹ ਵੀ ਕੀ ਸਟੱਡੀ ਮਸਟ ਹੈ ਹਰ ਆਪਣੇ ਸ਼ੌਂਕ ਪੂਰੇ ਕਰੋ ਪਰ ਸਟੱਡੀ ਵੀ ਜ਼ਰੂਰ ਕਰੋ ਵਾਹ ਹਾਂਜੀ ਇਹ ਗੱਲ ਤਾਂ ਹੈ ਹੀ ਆ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਅੱਜਕੱਲ ਜਿਹੜੀਆਂ ਐਕਟੀਵਿਟੀਆਂ ਬਹੁਤ ਵੱਧ ਗਈਆਂ ਨੇ ਪਹਿਲਾਂ ਕੀ ਹੁੰਦਾ ਸੀਗਾ ਰੋਕ ਦਿੱਤਾ ਜਾਂਦਾ ਸੀ ਬੱਚਿਆਂ ਨੂੰ ਕਿ ਉਹਦਾ ਕੋਈ ਸ਼ੌਂਕ ਹੈ ਤੇ ਨਹੀਂ ਤੂੰ ਨਹੀਂ ਕਰਨਾ ਤੂੰ ਪੜ ਤੂੰ ਪੜ ਤੂੰ ਪੜ ਬੱਚਾ ਫੇ ਵੀ ਨਹੀਂ ਪੜਦਾ ਸੀਗਾ ਪਰ ਹੁਣ ਐਕਟੀਵਿਟੀਆਂ ਹੀ ਇੰਨੀਆਂ ਆ ਗਈਆਂ ਨੇ ਕਿ ਬੱਚਿਆਂ ਨੂੰ ਖੁਦ ਪੇਰੈਂਟਸ ਕਹਿੰਦੇ ਨੇ ਕਿ ਅੱਛਾ ਇਹ ਵੀ ਕਰ ਰਿਹਾ ਤੇ ਦੇ ਨਾਲ ਸਟੱਡੀ ਦਾ ਜਿਹੜਾ ਆ ਉਹ ਮੈਨੂੰ ਲੱਗਦਾ ਹੈ ਕਿ ਬੱਚਿਆਂ ਦੇ ਉੱਤੇ ਭਾਰ ਵੀ ਜ਼ਿਆਦਾ ਵੱਧ ਚੁੱਕਿਆ ਹੈ ਅਸਵੇਲੇ ਹਨਾ ਸਾਡੇ ਵੇਲੇ ਤਾਂ ਜੀ ਠੀਕ ਹੁੰਦੀ ਸਟੱਡੀ ਮਤਲਬ ਇੰਨਾ ਵੀ ਨਹੀਂ ਕਹ ਸਕਦੇ ਕਿ ਇਹ ਨਲਾਕ ਹੀ ਹੁੰਦੇ ਸੀ ਮਤਲਬ ਕਿ ਹਾਂ ਗੁੱਡ ਸੀ ਵੈਰੀ ਗੁੱਡ ਨਹੀਂ ਸੀ ਗੁੱਡ ਸੀ ਤੇ ਹੁਣ ਦੇ ਟਾਈਮ ਦੇ ਵਿੱਚ ਜੇ ਉਹ ਦੇਖੀਦਾ ਕਿ ਬੱਚੇ ਨੂੰ ਵੱਡਾ ਉਹਦਾ ਬਸਤਾ ਹੁੰਦਾ ਸਾਡੇ ਟਾਈਮ 'ਚ ਤਾਂ ਠੀਕ ਹੁੰਦਾ ਸੀ ਉਹਦਾ ਸਹੀ ਗੱਲ ਹੈ ਤੇ ਕਦੇ ਐਦਾਂ ਹੋਇਆ ਕਿ ਤੁਹਾਨੂੰ ਛੁੱਟੀ ਲੈ ਕੇ ਜਾਣਾ ਪਿਆ ਤਾਂ ਤੁਸੀਂ ਕਦੇ ਕੋਈ ਬਹਾਨਾ ਲਗਾਇਆ ਹੋਵੇ ਸਕੂਲ 'ਚ ਸਕੂਲ ਦੇ ਵਿੱਚ ਬਹਾਨਾ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਸੀ ਨਾ ਲਾਇਆ ਕਿਉਂਕਿ ਜਦੋਂ ਸਾਡਾ ਇੱਕ ਲੈਕਚਰ ਫਿਜ਼ੀਕਲ ਐਕਟੀਵਿਟੀ ਦਾ ਹੁੰਦਾ ਹੈ ਉਹਦੇ ਵਿੱਚ ਅਸੀਂ ਭੰਗੜਾ ਪਾਈਦਾ ਹੈ ਅੱਛਾ ਹਾਂਜੀ ਤੇ ਅਸੀਂ ਫੇ ਬਹਾਨਾ ਕਾਤ ਲਾਉਣਾ ਜਿਹੜੀ ਚੀਜ਼ ਨਾਲ ਪਿਆਰ ਆ ਉਹ ਸਾਡਾ ਹੋਣ ਰਿਹਾ ਤੇ ਕਦੀ ਐਦਾਂ ਦਾ ਮੌਕਾ ਹੀ ਨਹੀਂ ਮਿਲਿਆ ਕਿ ਬਹਾਨਾ ਲਾਇਆ ਹੋਵੇ ਕਦੀ ਕਦੇ ਐਦਾਂ ਹੋਇਆ ਕਿ ਭੰਗੜੇ ਦੀ ਕਲਾਸ ਚੱਲ ਰਹੀ ਹੈ ਤੇ ਪਰ ਤੁਹਾਨੂੰ ਜ਼ਰੂਰੀ ਜਾਣਾ ਹੈ ਜਾਂ ਫਿਰ ਤੁਸੀਂ ਕੁਝ ਐਦਾਂ ਦਾ ਕੰਮ ਕਰਨਾ ਜਿੱਥੇ ਤੁਹਾਨੂੰ ਛੁੱਟੀ ਲੈ ਕੇ ਜਾਣਾ ਪਿਆ ਹੋਵੇ ਤੇ ਉੱਥੇ ਛੁੱਟੀ ਹੀ ਲਈ ਨਹੀਂ ਕਦੀ ਕੋਈ ਨਾ ਕੰਮ ਪੈਂਦਾ ਹੈ ਭੰਗੜੇ ਟਾਈਮ ਕੋਈ ਕੰਮ ਨਹੀਂ अच्छा ਤੁਹਾਨੂੰ ਪਤਾ ਕੀ ਹੁੰਦਾ ਜਦੋਂ ਗਰੁੱਪ ਇਕੱਠਾ ਹੁੰਦਾ ਮੰਨ ਲਓ ਕਿਸੇ ਵੀ ਗੇਮ ਦਾ ਜਾਂ ਕੁਝ ਵੀ ਗਰੁੱਪ ਇਕੱਠਾ ਹੁੰਦਾ ਆ ਗਰੁੱਪ ਇਕੱਠਾ ਹੁੰਣ ਬਾਅਦ ਵਿੱਚ ਕਰਦੇ ਮੈਨੂੰ ਲੱਗਦਾ ਇੱਥੇ ਵੇਲਾ ਜਿਹੜਾ ਇੱਕ ਬ੍ਰੇਕ ਦਾ ਹੋ ਗਿਆ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ ਪ੍ਰੋਗਰਾਮ ਚੱਲਿਆ ਗੱਲ ਪੰਜਾਬ ਦੀ ਤੇ ਸਾਡੇ ਅੱਜ ਦੇ ਮਹਿਮਾਨ ਨੇ ਰਾਜਨ ਔਜਲਾ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ ਸਾਡੇ ਅੱਜ ਦੇ ਮਹਿਮਾਨ ਨੇ ਰਾਜਨ ਔਜਲਾ ਜੀ ਆਪਾਂ ਗੱਲ ਕਰਦੇ ਸੀ ਬਾਈ ਜੀ ਗਰੁੱਪਾਂ ਦੀ ਕਿ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਇੱਕ ਗਰੁੱਪ ਬਣ ਜਾਂਦਾ ਹੁਣ ਜਿਵੇਂ ਤੁਹਾਡਾ ਗਰੁੱਪ ਸੀਗਾ ਭੰਗੜੇ ਦਾ ਕਦੇ ਇਸ ਤਰ੍ਹਾਂ ਹੋਇਆ ਕਿ ਗਰੁੱਪ ਦੇ ਵਿੱਚ ਅਕਸਰ ਕਿਉਂਗਾ ਸ਼ਰਾਰਤਾਂ ਬਹੁਤ ਕਰਦੀ ਜਾਂਦਾ ਹਾਂ ਜੀ ਇਹਦੀ ਸ਼ਰਾਰਤ ਕੀਤੀ ਟੀਚਰ ਦੇ ਨਾਲ ਜਾਂ ਉਦਾਂ ਸ਼ਰਾਰਤਾਂ ਜੀ ਤਾਂ ਬਹੁਤ ਕੀਤੀਆਂ ਆਈਆਂ ਏ ਕੋਈ ਯਾਦਗਾਰ ਹੋਵੇ ਸ਼ਰਾਰਤ ਯਾਦਗਾਰ ਬਹੁਤ ਆ ਪਰ ਕਈ ਵਾਰੀ ਹੁੰਦਾ ਨਾ ਕੈਮਰੇ ਮੋਰੇ ਦੱਸਣ ਤੋਂ ਸ਼ਰਮ ਆਉਂਦੀ ਆ ਕੋਈ ਨਹੀਂ ਹੁੰਦਾ ਹੁੰਦਾ ਨਹੀਂ ਕਈ ਉਹ ਯਾਰਾਂ ਚ ਹੀ ਰਹਿ ਜਾਂਦੀ ਆ ਬਸ ਉਹ ਜਿਹੜਾ ਗਰੁੱਪ ਦੇ ਵਿੱਚ ਸ਼ਰਾਰਤਾਂ ਹੋਈਆਂ ਬਸ ਉੱਥੇ ਹੀ ਸਿਮਟ ਜਾਂਦੀਆਂ ਬਾ ਉਹ ਕਦੀ ਬਾਹਰ ਹੀ ਨਹੀਂ ਆਈਆਂ ਬਸ ਅੱਛਾ ਹਾਂਜੀ ਉਦਾਂ ਛੋਟੇ ਹੀ ਉਦੋਂ 6ਵੀਂ 7ਵੀਂ ਕਲਾਸ ਦੇ ਵਿੱਚ ਸੀ ਤਹੀਂ ਤੁੱਪੇ ਬਾਹਰ ਟਾਟਾਂ ਦੇ ਬਿਠਾ ਦਿੰਦੇ ਸੀ ਟੀਚਰਸ ਤੇ ਕਈ ਵੇਲੇ ਟੀਚਰ ਨੇ ਆਪਣਾ ਬੈਠੇ ਹੋਣਾ ਜਾਂ ਕੁਝ ਕਰਦੇ ਹੋਣਾ ਸੀ ਨਿੱਕੇ ਜਿਹੇ ਤਾਂ ਉਹਨੇ ਸਾਰਾ ਚੌਕ ਰਗੜ ਰਗੜ ਕੇ ਟੀਚਰ ਦੇ ਸ਼ੂਜ਼ ਤੇ ਪਾ ਦੇਣਾ ਐਦਾਂ ਦਾ ਕੁਝ ਮਾੜਾ ਮੋਟਾ ਇਹ ਤਾਂ ਬਹੁਤ ਛੋਟੀਆਂ ਜਿਹੀ ਐਵੇਂ ਨਾਰਮਲੀਆਂ ਗੱਲਾਂ ਪਰ ਬਹੁਤ ਸ਼ਰਾਰਤਾਂ ਕੀਤੀਆਂ ਸੀ ਜਿਹੜੀਆਂ ਆਪਾਂ ਕੈਮਰੇ ਮੂਰੇ ਨਹੀਂ ਦੱਸ ਸਕਦੇ ਚਲੋ ਆਪਾਂ ਬਾਅਦ ਵਿੱਚ ਫਿਰ ਦੱਸੂ ਮੈਨੂੰ ਬਾਅਦ ਵਿੱਚ ਦੱਸ ਦਾਂਗੇ ਉਹ ਕੋਈ ਚੱਕਰ ਨਹੀਂ ਅੱਛਾ ਪੰਗੜੇ ਤੋਂ ਇਲਾਵਾ ਕੋਈ ਹੋਰ ਐਕਟੀਵਿਟੀ ਦੇ ਵਿੱਚ ਵੀ ਐਕਟਿਵ ਰਹੇ ਹੋ ਜਾਂ ਸਿਰਫ ਪੰਗੜਾ ਹੀ ਕੀਤਾ ਮੈਂ ਜੀ ਆਪਣੇ ਨਕੂਦਰ ਸ਼ਹਿਰ ਦੀ ਕਲੱਬ ਨਕੂਦਰ ਫੁੱਟਬਾਲ ਕਲੱਬ ਵੱਲੋਂ ਸ਼ੌਕਰ ਪਲੇਅਰ ਆ ਸ਼ੌਕਰ ਪਲੇਅਰ ਵੀ ਆ ਜੀ ਮੈਂ ਜੀ ਗੋਲ ਕੀਪਰ ਖੇਡਦਾ ਬਹੁਤ ਸਾਲ ਮੈਂ ਨਕੂਦਰ ਵੱਲੋਂ ਖੇਡਿਆ ਪਹਿਨਾ ਮੈਂ ਖੇਡਦਾ ਸੀ ਸਾਡੇ ਆਲੋ ਵਾਲ ਢੇਰੀਆਂ ਵੱਲ ਜਦੋਂ ਮੈਂ ਪਹਿਲੀ ਵਾਰੀ ਮੈਚ ਖੇਡਿਆ ਅੱਛਾ ਸ਼ੁਰੂਆਤ ਕੀਤੀ ਜਦੋਂ ਫਿਰ ਸਾਡੇ ਸ਼ਹਿਰ ਦਾ ਕਲੱਬ ਬਣ ਗਿਆ ਫਿਰ ਮੈਂ ਆਪਣੇ ਸ਼ਹਿਰ ਵੱਲੋਂ ਖੇਡਣ ਲੱਗ ਪਿਆ ਸਟਿਲ ਅਸੀਂ ਅਸੀਂ ਹਜੇ ਵੀ ਉਹ ਕਲੱਬ ਨਾਲ ਜੁੜੇ ਆ ਅਸੀਂ ਹਜੇ ਵੀ ਟੂਰਨਾਮੈਂਟ ਕਰਾਈਦਾ ਨਕੂਦਰ ਦੇ ਵਿੱਚ ਤੇ ਕਿਹੜੀ ਉਮਰ ਦੇ ਵਿੱਚ ਖੇਡਣਾ ਸ਼ੁਰੂ ਕਰਤਾ ਸੀਗਾ ਕਿਹੜਨ ਦੀ ਮਰਜ਼ੀ ਉਹ ਬਚਪਨ ਹੀ ਹੁੰਦਾ ਫੇ ਉਹਦੇ ਸ਼ੁਰੂ ਕੀਤਾ ਸਾਰਾ ਕੁਝ ਅੱਛਾ ਮਤਲਬ ਭੰਗੜਾ ਵੀ ਉਹਦੇ ਹੀ ਸ਼ੁਰੂ ਕਰ ਲਿਆ ਨਾਲ ਹੀ ਗੇਮ ਵੀ ਉਹਦੇ ਸ਼ੁਰੂ ਕਰ ਲਈ ਸੀ ਹਾਂਜੀ 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 ਤੇ ਬਾਈ ਜੀ ਗੇਮ ਨਾਲ ਨਾਲ ਹੁਣ ਚੱਲਦੀ ਆ ਗੇਮ ਜੀ ਹੁਣ ਥੋੜੀ ਜੀ ਬੰਦ ਕੀਤੀ ਸੀ ਬਹੁਤ ਸਾਲ ਹੋ ਗਏ ਕਿ ਰਜੇਮੀਆਂ ਕਰਕੇ ਥੋੜਾ ਬਿਜ਼ੀ ਹੋ ਗਏ ਗਰਾਊਂਡ 'ਚ ਜਾਣਾ ਹੀ ਹੁੰਦਾ ਹੂੰ ਤੇ ਮੁੜ ਕੇ ਜਦੋਂ ਮੈਂ ਕਾਲਜ ਆ ਗਿਆ 2012 13 ਦੇ ਲਾਗੇ ਮੈਨੂੰ ਮੌਕਾ ਮਿਲਿਆ ਪੰਜਾਬ ਦੀ ਟੀਮ ਦੇ ਵਿੱਚ ਅਮਰੀਕਨ ਫੁੱਟਬਾਲ ਖੇਡ ਲੰਦਾ ਵਾਹ ਹਾਂਜੀ ਸਾਡੇ ਸਾਡੇ ਜਿਹੜੇ ਅਮਰੀਕਾ ਸਾਰਾ ਇਹਨੂੰ ਪ੍ਰਮੋਟ ਕਰਦਾ ਸੀ ਗੇਮ ਨੂੰ ਤੇ ਮੈਨੂੰ ਉਹ ਗੇਮ ਗੇਮ ਨੇ ਬਹੁਤ ਕੁਝ ਦਿੱਤਾ ਬਹੁਤ ਚੰਗੇ ਯਾਰ ਦਿੱਤੇ ਬਹੁਤ ਪਿਆਰ ਦਿੱਤਾ ਮਤਲਬ ਕਿ ਬਾਦੂ ਬਖ ਦਿੱਤਾ ਹਾਂਜੀ ਤੇ ਫਿਰ ਗੇਮ ਦੀ ਗੱਲ ਕਰ ਲੈਣੇ ਆ ਹਜੇ ਪੰਗੜੇ ਦੀ ਤਾਂ ਗੱਲ ਕਰਨੀ ਕਹਿੰਦੇ ਆ ਸੀ ਤੇ ਗੇਮ ਦੇ ਵਿੱਚ ਤੁਹਾਡਾ ਸਫਰ ਜਿਹੜਾ ਉਹ ਕਿਵੇਂ ਦਾ ਰਿਹਾ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਵਧੀਆ ਦੋਸਤ ਤੁਹਾਨੂੰ ਮਿਲੇ ਉਥੋਂ ਗੇਮ ਤੋਂ ਤੇ ਕਿੰਨਾ ਚਿਰ ਜਿਹੜਾ ਤੁਸੀਂ ਗੇਮ ਖੇਡੀ ਆ ਔਰ ਕੁਝ ਗੇਮ ਦੇ ਐਕਸਪੀਰੀਅੰਸ ਤੁਹਾਡੇ ਕੋਈ ਕਿਸੇ ਹੋਣ ਜਿਹੜੇ ਸ਼ੇਅਰ ਕਰਨਾ ਚਾਹੋ ਤੁਸੀਂ ਅਈ 3-4 ਸਾਲ ਖੇਡੇ ਕਿਉਂਕਿ ਉਹ ਗੇਮ ਦਾ ਇਥੇ ਇੰਡੀਆ ਚ ਬੜਾ ਸਕੋਪ ਹੈ ਨਹੀਂ ਜੀ ਮੇਰੇ ਕਈ ਫਰੈਂਡ ਅਮਰੀਕਾ ਵੀ ਖੇਡ ਕੇ ਆਏ ਹੁਣ ਤੇ ਕਈ ਇਥੇ ਯੂਨੀਵਰਸਿਟੀਆਂ ਦੇ ਕੋਚ ਵੀ ਆ ਤੇ ਉਹ ਗੇਮ ਮੈਂ 1 ਸਾਲ ਅੰਟਰਵਰਸਿਟੀ ਖੇਡਿਆ ਤੇ ਫੇ ਪੰਜਾਬ ਵੱਲੋਂ ਵੀ ਖੇਡਿਆ ਫੇ ਮੈਂ 1 ਸਾਲ ਦਿੱਲੀ ਵੱਲੋਂ ਖੇਡਿਆ ਫੇ ਮੈਂ ਗੇਮ ਬਾਅਦ ਬੰਦ ਕਰਤੀ ਉਹ ਤੇ ਬਾਈ ਜੀ ਕਦੀ ਪਰਿਵਾਰ ਨੇ ਨਹੀਂ ਕਿਹਾ ਕਿ ਭੰਗੜਾ ਵੀ ਚਲੋ ਨਾਲ ਪਾਈ ਜਾ ਪਰ ਗੇਮ ਨੂੰ ਪ੍ਰੋਫੈਸ਼ਨਲ ਬਣਾਉਣਾ ਕਿਤੇ ਬਾਹਰ ਚਲ ਜਾ ਨਹੀਂ ਜੀ ਕਰਦੇ ਹਮੇਸ਼ਾ ਤੁਹਾਨੂੰ ਦੱਸਿਆ سپورਟੀ ਵੀ ਰਹੇ ਆ ਇਹ ਚੀਜ਼ਾਂ 'ਚ ਕਿ ਜੇ ਤੁਹਾਡਾ ਮਨ ਨਹੀਂ ਕੀਤਾ ਕਿ ਗੇਮ ਨੂੰ ਪ੍ਰੋਫੈਸ਼ਨਲ ਕਰ ਲਈਏ ਜਿਹੜੀ ਚੀਜ਼ ਦਾ ਸਕੋਪ ਨਾ ਹੋਵੇ ਫੇ ਉਦਾਂ ਵੀ ਥੋੜੇ ਜੇ ਉਹ ਗੇਮ ਜਾਦੀ ਡੇਂਜਰਸ ਸੀ ਤੇ ਜਦੋਂ ਕਹਿੰਦੇ ਆ ਨਾ ਕਿ ਕਰਦੇ ਜਿਹੜੇ ਕਹਿਦਨ ਕੰਮ ਕਿ ਨਹੀਂ ਕਰਨਾ ਫੇ ਛੱਡਦੀ ਦੀ ਹੁੰਦੀ ਆ ਤੇ ਨਾਲੇ ਕੁਝ ਮੇਰੇ ਨਾਲ ਦੇ ਜਿਹੜੇ ਫੇ ਛੱਡ ਛੁੱਟ ਗਏ ਫੇ ਬੜੀ ਲੰਮੀ ਚੌੜੀ ਸਟੋਰੀ ਆ ਉਹ ਵੀ ਛੱਡਤੀਆਂ ਗੇਮਾਂ ਫੇ ਨਹੀਂ ਦੱਸ ਸਕਦੇ ਤੁਸੀਂ ਤਾਂ ਸ਼ਾਰਟ ਕੱਟ ਦੇ ਵਿੱਚ ਤੁਸੀਂ ਨਾ ਹਿੰਟ ਬਾਈ ਹੁਣੀ ਪਤਾ ਕੀ ਕਰਦੇ ਹਿੰਟ ਦਿੰਦੇ ਭਾਈ ਪਰ ਪੂਰੀ ਖੁੱਲ ਕੇ ਨਹੀਂ ਕਰਦੇ ਕੀ ਗੱਲ ਦੀ ਕਰ ਰਹੇ ਨਹੀਂ ਉਹ ਬਸ ਇਹ ਆ ਜੀ ਉਹ ਗੇਮ ਦਾ ਕੋਈ ਅਸੀਂ ਭਾਵੇਂ ਉਹਨੂੰ 10 ਸਾਲ ਹੋਰ ਖੇਡੀ ਜਾਂਦੇ ਇਥੇ ਪਰ ਉਹਦਾ ਕੋਈ ਸਕੋਪ ਨਹੀਂ ਸੀ ਇੰਡੀਆ ਦੇ ਵਿੱਚ ਇਸ ਲਈ ਫਿਰ ਸਾਨੂੰ ਕੁਇਟ ਕਰਨੀ ਪਈ ਉਹ ਤੇ ਕੀ ਲੱਗਦਾ ਤੁਹਾਨੂੰ ਕਿ ਜਿਹੜੀ ਗੇਮ ਤੁਸੀਂ ਛੱਡੀ ਹੈ ਜੇ ਤੁਸੀਂ ਉਸ ਨੂੰ ਕੰਟੀਨਿਊ ਕਰਦੇ ਤੇ ਬਾਹਰ ਜਾ ਕੇ ਕੋਈ ਸਕੋਪ ਬਣ ਜਾਂਦਾ ਉਹਦਾ ਬਿਲਕੁਲ ਦੇਖੋ ਜਿਹੜਾ ਸਕੋਪ ਬਣਨਾ ਤੁਹਾਡੀ ਕਿਸਮਤ ਨੇ ਇੱਥੇ ਬਣਾ ਦੇਣਾ ਠੀਕ ਹੈ ਉਹ ਤਾਂ ਬਣਾ ਚੁੱਕੇ ਹਾਂ ਚਲੋ ਮਾਲਕ ਜਾਣਦੇ ਆ ਜੀ ਤੇ ਜੇ ਕੋਈ ਸਕੋਪ ਨਹੀਂ ਬਣਨਾ ਬਾਹਰ ਜਾ ਕੇ ਵੀ ਨਹੀਂ ਬਣਨਾ ਇਹ ਤਾਂ ਤੁਹਾਡੀ ਜਿੰਨੀ ਦਿਨ ਮੱਥੇ ਦੀਆਂ ਲਕੀਰਾਂ ਤੇ ਲਿਖਿਆ ਉਹ ਸਕੋਪ ਜਿੱਥੇ ਤੁਸੀਂ ਬੈਠੇ ਉੱਥੇ ਬਣ ਜਾਣਾ ਇਹ ਗੱਲ ਤਾਂ ਹੈ ਕਿ ਇੱਕ ਜਿਹੜਾ ਸਫਰ ਹੈ ਸਾਡੀ ਜ਼ਿੰਦਗੀ ਤੇ ਉਸ ਸਫਰ ਦੇ ਵਿੱਚ ਕੋਈ ਨਾ ਕੋਈ ਆਉਂਦਾ ਹੈ ਕੋਈ ਨਾ ਕੋਈ ਚਲਾ ਜਾਂਦਾ ਹੈ ਤੇ ਸਾਡੇ ਹਿੱਸੇ ਬਹੁਤ ਬਦਲਦਾ ਰਹਿੰਦਾ ਹੈ ਹਾਂ ਜੀ ਤੇ ਹੁਣ ਅੱਗੇ ਗੱਲ ਕਰਦੇ ਹਾਂ ਕਿ ਕਾਲਜ ਲਾਈਫ ਦੀ ਸਕੂਲ ਦੇ ਵਿੱਚ ਤਾਂ ਤੁਸੀਂ ਸਾਨੂੰ ਦੱਸ ਦਿੱਤਾ ਉਹ ਵੀ ਖੁੱਲ ਕੇ ਗੱਲ ਕਰ ਦਿੱਤੀ ਨਹੀਂ ਕਿਸੇ ਜਿਹੜੇ ਹੋਏ ਨੇ ਸ਼ਰਾਰਤਾਂ ਕੀਤੀਆਂ ਦਸੀਆਂ ਨਹੀਂ ਚਲੋ ਕੋਈ ਗੱਲ ਨਹੀਂ ਪਰ ਆਪਾਂ ਹੁਣ ਕਾਲਜ ਵੱਲ ਨੂੰ ਚੱਲਦੇ ਹਾਂ ਕਾਲਜ ਦੇ ਵਿੱਚ ਫਿਰ ਕਿਵੇਂ ਸਟਾਰਟ ਹੋਇਆ ਪੰਗੜਾ ਕਾਲਜ ਦੇ ਵਿੱਚ ਸਾਡੇ ਜਿਹੜੇ ਸੀਨੀਅਰ ਅਮਰਿੰਦਰ ਭਾਜੀ ਨੇ ਇਹਨੂੰ ਇਹ ਨਿੱਕਾ ਕਹਿੰਨੇ ਆ ਨਿੱਕਾ ਭਾਜੀ ਡੀਏਵੀ ਕਾਲਜ ਲੰਧਾ ਦੇ ਕਪਤਾਨ ਸੀ ਉਦੋਂ ਤੇ ਮੇਰੀ ਨਵੀਂ ਨਵੀਂ ਪਲੱਸ 2 ਪਾਸ ਹੋਇਆ ਸੀ ਮੈਂ ਉਦੋਂ 2000 9 ਦੇ ਲਾਗੇ ਛਾਗੇ ਤੇ ਮੈਨੂੰ ਬਹੁਤ ਸ਼ੌਂਕ ਸੀ ਭੰਗੜਾ ਪਾਉਣ ਦਾ ਕਿ ਮੈਂ ਕਾਲਜ ਦੀ ਟੀਮ ਚ ਚਾ ਹੁਣ ਜਿਹੜੇ ਇੱਕ ਮੇਰਾ ਡ੍ਰੀਮ ਸੀ ਕਿ ਮੈਂ ਡੀਏਵੀ ਕਾਲਜ ਲੰਧਾ ਦੀ ਟੀਮ 'ਚ ਨੱਚਣਾ ਅੱਛਾ ਤੇ ਐਦਾਂ ਹੀ ਮਾਰਾ ਹੀ ਕਹਿੰਦੇ ਜੋ ਚੀਜ਼ ਤੁਸੀਂ ਸੱਚੇ ਦਿਲ ਨਾਲ ਮੰਗਦੇ ਆ ਉਹ ਮਿਲ ਜਾਂਦੀ ਆ ਸਾਡੇ ਨਕੂਦਰ ਤੋਂ ਨਿੱਕਾ ਭਾਈ ਹੁੰਦੇ ਉਹ ਟੀਮ ਦੇ ਕੈਪਟਨ ਹੁੰਦੇ ਸੀ ਡੀਏਵੀ ਕਾਲਜ ਦੇ ਤੇ ਅਕਸਰ ਸਾਡੀ ਗੱਲ ਹੁੰਦੀ ਰਹਿੰਦੀ ਸੀ ਉਹਨਾਂ ਨਾਲ ਕਿ ਫੇਮ ਇੱਕ ਦਿਨ ਮੈਂ ਇਦਾਂ ਹੀ ਭੰਗੜੇ ਦੀ ਭਾਲ ਦੇ ਵਿੱਚ ਕਿਸੇ ਕਾਲਜ ਦੀ ਭਾਲ ਦੇ ਵਿੱਚ ਮੈਂ ਕਿਸੇ ਹੋਰ ਕਾਲਜ ਗਿਆ ਭੰਗੜਾ ਪਾਉਣ ਪ੍ਰੈਕਟਿਸ ਤੇ ਬੈਠਾ ਤੇ ਮੈਨੂੰ ਯੱਕਦਮ ਫੋਨ ਆਉਂਦਾ ਕਿ ਰਾਜਨ ਕਿੱਥੇ ਹੈ ਮੈਂ ਕਿਹਾ ਭਾਜੀ ਇੱਥੇ ਬੈਠਾ ਕਹਿੰਦਾ ਸਾਲੇ ਜੁੱਤੀਆਂ ਬਹੁ ਮਾਰੂ ਛੇਤੀ ਆ ਤੇ ਡੀਵੀ ਪਹੁੰਚ ਜਾ ਮੈਂ ਚੇਤਾ ਜੀ ਮੈਨੂੰ 5 ਰੁਪਏ ਆਟੋ ਦਾ ਕਿਰਾਇਆ ਹੁੰਦਾ ਸੀ ਉਹ ਤੇ ਮੈਂ ਆਟੋ ਫੜਿਆ ਤੇ ਮੈਂ ਡੀਵੀ ਕਾਲਜ ਪਹੁੰਚ ਗਿਆ ਤੇ ਉਸ ਤੋਂ ਬਾਅਦ ਮੈਂ ਅੱਜ 2021 ਚੱਲਦਾ ਪਿਆ ਮੈਂ ਡੀਵੀ ਕਾਲਜ ਨਹੀਂ ਆ ਅੱਛਾ ਹਾਂ ਜੀ ਮੈਨੂੰ ਲੈ ਕੇ ਆਉਣ ਵਾਲੇ ਇੱਥੇ ਨਿੱਕਾ ਭਾਜੀ ਆ ਡੀਵੀ ਕਾਲਜ ਤੇ ਭਾਈ ਜੀ ਕਾਲਜ ਦੇ ਵਿੱਚ ਪਹਿਲੀ ਵਾਰ ਭੰਗੜਾ ਕਿਹੜੇ ਸਾਲ ਵਿੱਚ ਪਾਇਆ ਤੇ ਕਿਹੜੇ ਕਹ ਲੋ ਕਿ ਕਿਹੜੀ ਤੁਸੀਂ ਕਲਾਸ ਦੇ ਵਿੱਚ ਸੀ ਕਿ ਕਿਹੜਾ ਕੋਰਸ ਕਰਦੇ ਹੁੰਦੇ ਸੀਗੇ ਮੈਂ ਜੀ ਪਹਿਲੀ ਵਾਰ ਹੀ ਭੰਗੜਾ ਜਿਹੜਾ ਆਫੀਸ਼ੀਅਲੀ ਜਿਹੜੇ 2009 ਦੇ ਵਿੱਚ ਡੀਏਵੀ ਕਾਲਜ ਲੋ ਹੀ ਪਾਇਆ ਉਦੋਂ ਮੇਰਾ ਫਸਟ ইয়ার ਸੀ ਤੇ ਇਹ ਸਾਰੀ ਮਿਹਰਬਾਨੀ ਆ ਸਰਦਾਰ ਨੀਤੀ ਰਾਜ ਸ਼ੇਰਗਲ ਭਾਜੀ ਉਹਨਾਂ ਦੀ ਜੀ ਸਾਡੇ ਕੋਚ ਸਾਫ ਸਾਡੇ ਵੱਡੇ ਵੀਰ ਤੇ ਜਿਹੜੀ ਉਹ ਸਾਲ ਟੀਮ ਸੀ ਸਾਰੀ ਕਿਉਂਕਿ ਮੈਨੂੰ ਕਈ ਬੰਦਿਆਂ ਨੇ ਲੱਤਾਂ ਬਹੁ ਖਿੱਚੀਆਂ ਤੇ ਕਈ ਬੰਦਿਆਂ ਨੇ ਮੈਨੂੰ ਹੱਲਾਸ਼ੇਰੀ ਬਹੁਤ ਦਿੱਤੀ ਤੇ ਜਿਹੜੇ ਹੱਲਾਸ਼ੇਰੀ ਦਿੰਦੇ ਆ ਉਹ ਬੰਦੇ ਹਮੇਸ਼ਾ ਤੁਹਾਡੇ ਨਾਲ ਹੁੰਦੇ ਆ ਤੇ ਇਹ ਬੰਦਿਆਂ ਦਿੱਤਾ ਫੇ ਮੈਂ 2009 ਦੇ ਵਿੱਚ ਪਹਿਲੀ ਵਾਰ ਡੀਏਵੀ ਕਾਲਜ ਲੋ ਨੱਚਿਆ ਨੱਦੀ ਵਾਲੇ ਕੈਂਪਸ ਦੇ ਵਿੱਚ ਕੰਪੀਟੀਸ਼ਨ ਹੋਇਆ ਏ ਉਦੋਂ ਟੀਮ ਸਾਡੀ ਜ਼ੋਨਲ ਫਰਸਟ ਆਈ ਸੀ ਵਾਹ ਹਾਂਜੀ ਤੇ ਫਿਰ ਜਦੋਂ ਡੀਏਵੀ ਪਹੁੰਚੇ ਫਾਈਨਲੀ ਤੁਸੀਂ ਹਾਂਜੀ ਤੇ ਉਦੋਂ ਦੇਖਿਆ ਕਿ ਹੁਣ ਮੇਰਾ ਸੁਪਨਾ ਪੂਰਾ ਹੋਣ ਵਾਲਾ ਆ ਹਾਂਜੀ ਤੇ ਘਬਰਾਟ ਨਹੀਂ ਹੋਈ ਅੰਦਰ ਜਦੋਂ ਫਸਟ ਟਾਈਮ ਤੁਸੀਂ ਸਟੇਜ ਤੇ ਡੀਏਵੀ ਵੱਲੋਂ ਪਰਫਾਰਮ ਕੀਤਾ ਤੇ ਲੱਗਿਆ ਨਹੀਂ ਕਿ ਇਹ ਮੇਰਾ ਹੁਣ ਜਿਹੜਾ ਸੁਪਨਾ ਸੀਗਾ ਮੈਂ ਦੇਖਿਆ ਸੀ ਉਹ ਫਾਈਨਲੀ ਪੂਰਾ ਹੋ ਰਿਹਾ ਤੇ ਉੱਥੇ ਆ ਕੇ ਥੋੜੀ ਜਿਹੀ ਨਰਵਸਨੈਸ ਤਾਂ ਹੋਈ ਹੋਏਗੀ ਦੇਖੋ ਜੀ ਜਦੋਂ ਸੁਪਨਾ ਪੂਰਾ ਹੁੰਦਾ ਘਬਰਾਟ ਨਹੀਂ ਹੁੰਦੀ ਹੂੰ ਇੱਕ ਉੱਤੇ ਹੀ ਮਨ ਨੂੰ ਹਲਚਲ ਜੀ ਹੋਈ ਹੁੰਦੀ ਆ ਯਾਰ ਮੈਂ ਪਹੁੰਚ ਗਿਆ ਜਿੱਥੇ ਕਹਿਣਾ ਸੀ ਤੇ ਘਬਰਾਹਟ ਨਹੀਂ ਹੋਈ ਪਰ ਇਹ ਹੀ ਇੱਕ ਮੇਰਾ ਜਿਹੜਾ ਸ਼ੌਂਕ ਸੀ ਡਰੀਮ ਪੂਰਾ ਹੋ ਗਿਆ ਮਤਲਬ ਕੀ ਕਹਿੰਦੇ ਹੁੰਦੇ ਐਕਸਾਈਟਿਡ ਸੀ ਮੈਂ ਉਹ ਚੀਜ਼ ਨੂੰ ਕਰਨ ਨੂੰ ਸਟੇਜ ਤੇ ਪਰਫਾਰਮ ਕਰਨ ਨੂੰ ਜਿੱਥੋਂ ਮੈਂ ਆਪਣੇ ਤੋਂ ਸੀਨੀਅਰ ਜਿਹੜੇ ਜਿਨ੍ਹਾਂ ਨੂੰ ਮੈਂ ਦੇਖ ਦੇ ਨੱਚਣਾ ਸਿੱਖਿਆ ਜਾਂ ਮੇਰੇ ਆਈਡਲ ਸੀ ਜਿਹੜੇ ਤੇ ਉਹ ਸਟੇਜ ਤੇ ਮੈਂ ਅੱਜ ਪਰਫਾਰਮ ਕਰਦਾ ਪਿਆ ਮੈਨੂੰ ਖੁਸ਼ੀ ਬਹੁ ਹੈ ਹਾਂਜੀ ਤੇ ਭਾਈ ਜੀ ਮੈਂ ਮਤਲਬ ਥੋੜਾ ਜਰ ਮੈਂ ਵੀ ਪੰਗੜਾ ਪਾਇਆ ਪਰ ਮੈਂ ਡਗੇ ਬਹੁਤ ਖਾਦੇ ਆ ਹਾਂਜੀ ਤੇ ਤੁਹਾਡੇ ਨਾਲ ਕਰੀ ਇਦਾਂ ਹੋਈ ਆ ਹੀ ਬਹੁਤ ਪਏ ਆ ਜੀ ਇੱਥੇ ਉਂਗਲਾਂ ਵਿੰਗੀਆਂ ਟੇਢੀਆਂ ਆਈਆਂ ਜੀ ਬਹੁਤ ਸਾਡੇ ਡਗਿਆਂ ਤੋਂ ਸਾਡੇ ਜੋ 2014 ਦੀ ਗੱਲ ਆ ਹਾਂ ਸਾਡੇ ਭਾਜੀ ਆ ਰਿੰਕੂ ਭਾਜੀ ਕਿਉਂਕਿ ਨੀਤੀ ਭਾਜੀ ਆ ਜਿਹੜੇ ਬਹੁਤ ਕੂਲ ਆ ਹੋ ਬਹੁਤ ਕੂਲ ਆ ਉਹਨਾਂ ਨੇ ਸਾਨੂੰ ਮਤਲਬ ਕਿ ਡਾਂਗਾ ਘੱਟ ਮਾਰਦੇ ਆ ਪਰ ਜਿਹੜੇ ਉਹਨਾਂ ਦੇ ਲਫ਼ਜ਼ ਹੁੰਦੇ ਆ ਹਾਂ ਉਹ ਸਾਨੂੰ ਇਹੋ ਜੀ ਹਿੱਟ ਕਰ ਜਾਂਦੇ ਜਿਹੜੀ ਸਾਨੂੰ ਡਾਂਗ ਨਹੀਂ ਹਿੱਟ ਕਰਦੀ ਤੇ ਰਿੰਕੂ ਭਾਜੀ ਹੁੰਦੇ ਸੀ ਤੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਲੰਮੇ ਪਾ ਲੈਣਾ ਤੇ ਫੇਰ ਵਰਧੀਆਂ ਹੁੰਦੀਆਂ ਸੀ ਫੇਹੀ ਹੌਲੀ-ਹੌਲੀ ਉਹ ਜੀਟੀ ਵਾਂਗੂ ਇੱਕ ਬੰਦਾ ਆ ਤੁਰਦਾ ਫੇ ਹੋਣ ਕਰਕੇ ਜਾਂਦੇ ਹੁੰਦੇ ਸੀ ਹੌਲੀ-ਹੌਲੀ ਸਾਰੇ ਨਿਸ਼ਾਨ ਪਏ ਹੁੰਦੇ ਸੀ ਬਹੁਤ ਖਾਉਂਦਾ ਸੀ ਤੇ ਫੇਰ ਤੁਹਾਡਾ ਘਰ ਇੰਦਾ ਦਿਲ ਨਹੀਂ ਕੀਤਾ ਕਿ ਇੰਨੀ ਕੋਟ ਖਾ ਰਿਹਾ ਮੈਂ ਇਹਦੇ ਵਿੱਚ ਇਹਨਾਂ ਦਾ ਪੁੱਲਸ ਵਾਲੇ ਨਹੀਂ ਕੋਟੇ ਪਰ ਆ ਜੋ ਕੋਟੀ ਕੰਮ ਆਉਂਦੀ ਹੈ ਬਿਲਕੁਲ ਉਹ ਗਾਲਾਂ ਉਹ ਗੱਲਾਂ ਸਮਝਾਈਆਂ ਉਹ ਕੰਮ ਆਉਂਦੀਆਂ ਅੱਜ ਉਹ ਉਹਨੂੰ ਮਿਸ ਕਰਦੇ ਸੀ ਕਿ ਸਾਨੂੰ ਫੇਰ ਪਵੇ ਅੱਛਾ ਤੇ ਉਦੋਂ ਸਦੋਂ ਘੁੱਟ ਪੈਂਦੀ ਹੁੰਦੀ ਸੀ ਦਿਲ ਨਹੀਂ ਕਰਦਾ ਸੀ ਮੈਂ ਛੱਡ ਕੇ ਚੱਲ ਜਾਵਾਂ ਨਹੀਂ 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 ਸ਼ੌਂਕ ਨੂੰ ਕੌਣ ਛੱਡ ਕੇ ਜਾਂਦਾ ਫੇ ਭਾਵੇਂ ਸਾਨੂੰ ਖੂਜ ਡੇਕ ਕੇ ਉਹ ਕੰਮ ਕਰਨਾ ਪਵੇ ਕਰਨਾ ਹੈ ਵਾਹ ਕਿੰਨੀ ਖੂਬਸੂਰਤ ਗੱਲ ਹੈ ਨਹੀਂ ਤਾਂ ਬੱਚੇ ਅਕਸਰ ਕਲਾਸ ਤੋਂ ਪਾਣ ਜਾਂਦੇ ਨੇ ਕਿ ਅਸੀਂ ਟੀਚਰ ਦਾ ਲੈਕਚਰ ਨਹੀਂ ਲਗਾਉਣਾ ਅਸੀਂ ਅੱਜ ਕੰਮ ਨਹੀਂ ਕੀਤਾ ਸ਼ੌਂਕ ਪਿੱਛੇ ਜੋ ਮਰਜੀ ਬੰਦਾ ਕਰ ਸਕਦਾ ਜਿਹੜੀ ਮਰਜੀ ਹੱਦ ਤਾਈ ਜਾ ਸਕਦਾ ਜੀ ਹਾਂਜੀ ਤੇ ਬਾਈ ਜੀ ਉਸ ਤੋਂ ਬਾਅਦ ਫੇ ਅੱਗੇ ਸਫ਼ਰ ਕਿੱਦਾਂ ਰਿਹਾ ਤੁਹਾਡਾ ਸਫਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਸੋਹਣਾ ਰਿਹਾ ਫੇ ਮੈਂ 2014 ਦੇ ਵਿੱਚ ਮੈਂ ਚਲ ਗਿਆ ਇੰਗਲੈਂਡ ਫੇ ਉਹ ਇੰਗਲੈਂਡ ਚਲ ਗਿਆ ਮੇਰੇ ਕਜ਼ਨ ਬ੍ਰਦਰ ਦੀ ਡੈਥ ਹੋ ਗਈ ਸੀ ਤੇ ਮੇਰੇ ਜਿਹੜੇ ਉੱਥੇ ਭੂਆ ਜੀ ਹੀ ਭੂਆ ਜੀ ਕਹਿੰਦੇ ਕਿ ਤੂੰ ਇੱਥੇ ਰਹਿ ਲਾ ਤੇ ਜਿਹੜਾ ਤੂੰ ਇੱਥੇ ਰਹਿ ਕੇ ਸਾਰਾ ਕੁਝ ਕਰ ਪਰ ਦਿਲ ਨਹੀਂ ਮੰਨਿਆ ਮੈਂ ਵਾਪਸ ਆ ਗਿਆ ਉੱਥੋਂ ਕਿਉਂਕਿ ਮੈਂ ਆ ਕੇ ਭੰਗੜਾ ਪਾਉਣਾ ਸੀ ਕਈ ਲੋਕਾਂ ਨੇ ਤਾਨੇ ਬਹੁਤ ਮਾਰੇ ਸੀ ਤੇ ਆਪਾਂ ਜਵਾਬ ਤਾਂ ਨਹੀਂ ਦੇਣਾ ਸੀ ਪਰ ਉਹ ਮੈਂ ਤਾਣਿਆਂ ਨੂੰ ਆਪਣੇ ਤੇ ਜੇ ਰੱਖਿਆ ਸੀਗੀ ਮੈਂ ਜਿਹੜੇ ਨੇ ਤਾਣੇ ਮਾਰੇ ਉਹ ਕੰਮ ਕਰਨਾ ਬਹੁਤ ਕੰਮ ਕੀਤਾ ਆ ਕੇ ਤੇ ਵਾਹਿਗੁਰੂ ਨੇ ਫੁੱਲ ਕਿਰਪਾ ਕੀਤੀ ਉਹ ਵਾਪਸ ਆ ਗਿਆ ਮੈਂ ਇੰਗਲੈਂਡ ਤੋਂ हां ਜਿੱਦਾਂ ਮੈਨੂੰ ਤੁਹਾਡੀਆਂ ਗੱਲਾਂ ਤੋਂ ਇੱਕ ਇੰਨਾ ਕ ਤਾਂ ਅੰਦਾਜ਼ਾ ਹੋ ਰਿਹਾ ਹੈ ਕਿ ਬਹੁਤ ਸਾਰੇ ਲੋਕ ਤੁਹਾਡੀ ਜ਼ਿੰਦਗੀ ਦੇ ਵਿੱਚ ਇਦਾਂ ਦੇ ਆਏ ਨੇ ਜਿਨ੍ਹਾਂ ਨੇ ਤੁਹਾਡੀਆਂ ਲੱਤਾਂ ਖਿੱਚੀਆਂ ਨੇ ਜਿਨ੍ਹਾਂ ਨੇ ਤੁਹਾਨੂੰ ਕੁਝ ਨਾ ਕੁਝ ਸੁਣਾਇਆ ਆ ਤੇ ਮੈਂ ਉਹਨਾਂ ਬਾਰੇ ਹੀ ਹੁਣ ਗੱਲ ਕਰਨਾ ਚਾਹੂੰਗੀ ਕਿ ਕਿਸ ਤਰੀਕੇ ਦੇ ਲੋਕ ਤੁਹਾਨੂੰ ਮਿਲੇ ਜੇ ਬਚਪਨ ਦੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਸਕੂਲ ਜਾਂਦੇ ਸੀ ਕਦੇ ਗਲੀ ਮਹੱਲੇ ਵਾਲਿਆਂ ਨੇ ਤੁਹਾਨੂੰ ਕਿਹਾ ਕਿ ਕਿਹੜੇ ਕੰਮ ਵਿੱਚ ਪਿਆ ਆ ਜਾਂ ਭੰਗੜਾ ਕਰ ਰਿਹਾ ਆ ਜਾਂ ਫਿਰ ਪੇਰੈਂਟਸ ਦਾ ਸਪੋਰਟਿੰਗ ਰਹੇ ਨੇ ਨਾ ਹਮੇਸ਼ਾ ਪਰ ਆਲੇ-ਦੁਆਲੇ ਵੱਲੋਂ ਕੀ ਰਿਸਪੌਂਸ ਹੈਗਾ ਇਸ ਦੇ ਬਾਰੇ ਅਸੀਂ ਗੱਲ ਕਰਦੇ ਹਾਂ ਪਰ ਇੱਥੇ ਵਿਹਲਾ ਹੋ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਹੋਣੇ ਆ ਪ੍ਰੋਗਰਾਮ ਚੱਲ ਰਿਹਾ ਹੈ ਗੱਲ ਪੰਜਾਬ ਦੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ ਤੇ ਅੱਜ ਸਾਡੇ ਨਾਲ ਜੁੜੇ ਹੋਏ ਨੇ ਕੌਣ ਰਾਜਨ ਔਜਲਾ ਜੀ ਮੈਨੂੰ ਮੈਨੂੰ ਐ ਲੱਗ ਰਿਹਾ ਮੈਂ ਇਹਨਾਂ ਨੂੰ ਨਾ ਉਠਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਇਹ ਮੈਨੂੰ ਲੱਗ ਰਿਹਾ ਸੀ ਕਿ ਬਸ ਸੋ ਗਏ ਜਦੋਂ ਹਨਾ ਚੇਤਾ ਭੁੱਲਦਾ ਦਾ ਫੰਬਲ ਹੁੰਦਾ ਫਿਰ ਮੇਰੇ ਤੇ ਸਾਰੀ ਗੱਲ ਸਿੱਟ ਦੇਣੀ ਹੁੰਦੀ ਇਹ ਗੱਲ ਤੁਹਾਨੂੰ ਪਤਾ ਹੈ ਕਿ ਇਹਦਾ ਫੰਬਲ ਕਿੰਨਾ ਕੁ ਹੁੰਦਾ ਹੈ ਸਾਰੀ ਗੱਲ ਦਾ ਸੋ ਆਪਾਂ ਹੁਣ ਵਾਪਸ ਆਉਣੇ ਆ ਸਾਡਾ ਚੱਲਦਾ ਹੀ ਰਹਿੰਦਾ ਚੱਲਣਾ ਵੀ ਚਾਹੀਦਾ ਜੇ ਆਪਸ ਵਿੱਚ ਮਜ਼ਾਕ ਨਾ ਹੋਵੇ ਫਿਰ ਪਿਆਰ ਬਣਿਆ ਨਹੀਂ ਰਹਿੰਦਾ ਪਿਆਰ ਵੀ ਉਹ ਨਾਮ ਦੀ ਕੋਈ ਚੀਜ਼ ਨਹੀਂ ਇੱਥੇ ਜਦੋਂ ਭਾਈ ਜੀ ਚਲੋ ਇਹ ਤਾਂ ਦਿਲ ਨੂੰ ਪਤਾ ਹੁੰਦਾ ਇਹ ਤਾਂ ਗੱਲਾਂ ਦਿਲ ਦੀਆਂ ਹੁੰਦੀਆਂ ਹਾਂਜੀ ਸੋ ਆਪਾਂ ਹੁਣ ਅੱਗੇ ਗੱਲ ਕਰਦੇ ਹਾਂ ਇਹ ਤਾਂ ਚਲੋ ਹਾਸੇ ਮਜ਼ਾਕ ਵਾਲੀ ਗੱਲ ਹੋਈ ਪਰ ਅਸੀਂ ਥੋੜਾ ਜਿਹਾ ਸੀਰੀਅਸ ਟਾਪਿਕ ਦੇ ਉੱਤੇ ਗੱਲ ਕਰ ਰਹੇ ਸੀਗੇ ਕਿ ਗਲੀ ਦੇ ਵਿੱਚ ਜਾਂ ਰਿਸ਼ਤੇਦਾਰਾਂ ਵੱਲੋਂ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਜਦੋਂ ਥੋੜਾ ਜਿਹਾ ਬੱਚਾ ਨਾ ਅੱਗੇ ਗ੍ਰੋ ਕਰਦਾ ਆ ਜਾਂ ਸਟੱਡੀ ਤੋਂ ਹਟ ਕੇ ਕਿਤੇ ਹੋਰ ਪਾਸੇ ਨੂੰ ਚੱਲਦਾ ਆ ਤੇ ਰਿਸ਼ਤੇਦਾਰ ਸਾਡੇ ਆਲੇ-ਦੁਆਲੇ ਬੜਾ ਕੁਝ ਕਹਿੰਦੇ ਨੇ ਤੂੰ ਪੜ ਲੈ ਤੂੰ ਆ ਕਰ ਲੈ ਤੋ ਕਰ ਲੈ ਅੱਗੇ ਜਾ ਕੇ ਕੀ ਕਰਨਾ ਵੱਡਾ ਹੋ ਕੇ ਕੀ ਕਰੇਗਾ ਇਦਾਂ ਦੇ ਸਵਾਲ ਬਹੁਤ ਆਉਂਦੇ ਨੇ ਤੇ ਇਦਾਂ ਤੁਹਾਨੂੰ ਵੀ ਕਦੇ ਇਹ ਚੀਜ਼ਾਂ ਫੇਸ ਕਰਨੀਆਂ ਪਈਆਂ ਵਾਹਿਗੁਰੂ ਜੀ ਕਰ ਪਈ ਰਹੀ ਗਲੀ ਮੱਲੇ ਵਾਲਿਆਂ ਨੇ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਤੇ ਜਿੱਥੇ ਵੀ ਮੈਂ ਜਦੋਂ ਭੰਗੜਾ ਪਾਉਣ ਜਾਣਾ ਜੋ ਨਿੱਕਾ ਹੁੰਨਾ ਹੀ ਕਿਤੇ ਕਦੀ ਕਿਤੇ ਕੰਪੀਟੀਸ਼ਨ ਤੇ ਚਲ ਗਏ ਸੋਲੋ ਕੰਪੀਟੀਸ਼ਨ ਤੇ ਕਦੀ ਕਿਤੇ ਚਲ ਗਏ ਮੇਰੇ ਕਈ ਰਿਸ਼ਤੇਦਾਰ ਤਾਂ ਇਦਾਂ ਹੁੰਦੇ ਸੀ ਪਿੱਛੇ ਆਉਂਦੇ ਹੁੰਦੇ ਦੇਖਣ ਅੱਛਾ ਹਾਂਜੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਰਿਸ਼ਤੇਦਾਰਾਂ ਨੇ ਵੀ ਬਹੁਤ ਸਪੋਰਟ ਕੀਤੀ ਤੇ ਗਲੀ ਮੱਲੇ ਵਾਲਿਆਂ ਨੇ ਤਾਂ ਵੱਧ ਸਪੋਰਟ ਕੀਤੀ ਹਾਂਜੀ ਅੱਛਾ ਪੂਜਾ ਜੀ ਪਤਾ ਕੀ ਹੁੰਦਾ ਕਈ ਵਾਰ ਪਰਿਵਾਰ ਨੂੰ ਚਾਹ ਬਹੁਤ ਹੁੰਦਾ ਕਿ ਸਾਡਾ ਮੁੰਡਾ ਜਿਹੜਾ ਟਰੋਫੀ ਲੈ ਕੇ ਆਇਆ ਜਾਂ ਕੋਈ ਸਰਟੀਫਿਕੇਟ ਲੈ ਕੇ ਆਇਆ ਤੁਹਾਨੂੰ ਯਾਦ ਹੈ ਤੁਸੀਂ ਘਰ ਆਪਣੇ ਕਿਹੜੀ ਟਰੋਫੀ ਕਿਹੜੇ ਸਾਲ ਵਿੱਚ ਲੈ ਕੇ ਗਏ ਸੀ ਭਾਈ ਜਦੋਂ ਸਕੂਲ ਪੜ੍ਹਦੇ ਸੀ ਅਸੀਂ ਸਕੂਲ ਵੇਲੇ ਜਦੋਂ ਕੰਪ ਜਦ ਮੈਂ ਜਦੋਂ ਸਾਡੀ ਟੀਮ ਨਹੀਂ ਜਾਣੀ ਕਿਤੇ ਕਈ ਵੇਲੇ ਸੋਲਵ ਪ੍ਰਾਈਵੇਟ ਕੰਪੀਟੀਸ਼ਨ ਵੀ ਹੁੰਦੇ ਸੀ ਤੇ ਉਹ ਪ੍ਰਾਈਵੇਟ ਕੰਪੀਟੀਸ਼ਨ ਜਿੱਤ ਕੇ ਆਉਣਾ ਰੋਪੜ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪਟਿਆਲੇ ਦੇ ਵਿੱਚ ਜਲੰਧਰ ਦੇ ਵਿੱਚ ਮਤਲਬ ਕਿੰਨੇ ਕੰਪੀਟੀਸ਼ਨ ਕੀਤੇ ਤੇ ਕਹਿੰਦੇ ਇੱਕ ਚੰਗੇ ਪਲੇਅਰ ਨੂੰ ਹਾਰ ਜਿੱਤ ਬਰਦਾਸ਼ਤ ਕਰਨੀ ਆਉਣੀ ਚਾਹੀਦੀ ਕਈ ਥਾਵਾਂ ਤੇ ਹਾਰੇ ਵੀ ਜਿੱਥੋਂ ਹਾਰੇ ਹਥੋਂ ਸਿੱਖਿਆ ਜੀ ਜਿੱਥੋਂ ਜਿੱਤੇ ਆ ਉਹਤੇ ਹੋਰ ਮਿਹਨਤ ਕਰਨ ਦੀ ਸਿੱਖਿਆ ਲਈ ਹਾਂਜੀ ਚੱਲਦੇ ਰਹੇ ਟਰੋਫੀ ਪਹਿਲੀ ਵਾਰ ਦਿੱਤੀ ਜਦੋਂ ਐਕਚੁਅਲੀ ਮੇਰੇ ਪੇਰੈਂਟਸ ਮੇਰੇ ਨਾਲ ਹੀ ਹੁੰਦੇ ਸੀ ਅੱਛਾ ਦਿੱਤੇ ਜਾਣਾ ਵਾਹ ਤੇ ਟਰੋਫੀ ਉਹੀ ਫੜਦੇ ਸੀ ਮੈਂ ਕਿਉਂ ਅੱਛਾ ਮਤਲਬ ਕਦੇ ਇੰਦਾ ਸਰਪ੍ਰਾਈਜ਼ ਦੇਣ ਦਾ ਮੌਕਾ ਨਹੀਂ ਮਿਲਿਆ ਨਹੀਂ ਨਾਲ ਹੀ ਹੁੰਦੇ ਸੀ ਜਦੋਂ ਮੈਂ ਸ਼ੁਰੂ ਤੋਂ ਕਿਉਂਕਿ ਮੈਂ ਛੋਟਾ ਸੀ ਕਿੰਨਾ ਡਰਾਈਵ ਕਰਨੀ ਹੁੰਦੀ ਸੀ ਨਾ ਕੁਝ ਫੇ ਫਾਦਰ ਸਾਹਿਬ ਹੀ ਲੈ ਕੇ ਜਾਂਦੇ ਸੀ ਅੱਛਾ ਹਾਂਜੀ ਤੇ ਵੱਡੇ ਹੋ ਕੇ ਜਦੋਂ ਕੰਪੀਟੀਸ਼ਨ ਦੇ ਵਿੱਚ ਤਾਂ ਆਬਵੀਅਸ ਜੀ ਗੱਲ ਹੈ ਮਿਲੀਆਂ ਹੀ ਰਹੀਆਂ ਤੁਹਾਨੂੰ ਟਰੋਫੀਆਂ ਨਾ ਮਿਲਦੀਆਂ ਰਹੀਆਂ ਨੇ ਤੇ ਕਦੇ ਘਰੇ ਬਹੁਤ ਵੱਡਾ ਕੰਪੀਟੀਸ਼ਨ ਹੋਇਆ ਹੋਵੇ ਤੇ ਕਰੇ ਨਾ ਦੱਸਿਆ ਹੋਵੇ ਤੇ ਇੱਕਦਮ ਸਰਪ੍ਰਾਈਜ਼ ਦਿੱਤਾ ਹੋਵੇ ਸ਼ੁਰੂ ਤੋਂ ਲੈ ਕੇ ਜੀ ਹੁਣ ਤੱਕ ਜਿੰਨੀ ਜਦੋਂ ਮੈਂ ਜਿੰਨੀ ਦਿਰ ਮੈਂ ਭੰਗੜਾ ਪਾਇਆ ਹਾਂ ਜੀ ਹੁਣ ਤੱਕ ਚਾਹੇ ਛੋਟੀ ਛੋਟਾ ਪ੍ਰੋਗਰਾਮ ਹੋਵੇ ਚਾਹੇ ਵੱਡਾ ਹੋਵੇ ਮੇਰੇ ਪੇਰੈਂਟਸ ਉਹ ਪ੍ਰੋਗਰਾਮ ਦੇਖਣ ਆਏ ਆ ਵਾਹ ਅੱਛਾ ਮਤਲਬ ਕਦੇ ਮੌਕਾ ਤੁਹਾਨੂੰ ਦਿੱਤਾ ਨਹੀਂ ਗਿਆ ਹਜੇ ਤੱਕ ਪਰ ਮੈਨੂੰ ਸਰਪ੍ਰਾਈਜ਼ ਮਿਲਿਆ ਸੀ 2009 ਦੇ ਵਿੱਚ ਕਿ ਜਦੋਂ ਮੈਂ ਪਹਿਲੀ ਵਾਰੀ ਡੀਏਵੀ ਕਾਲਜੋਂ ਨੱਚਿਆ ਤੇ ਜਦੋਂ ਸਾਡੀ ਟੀਮ ਫਰਸਟ ਆਈ ਤੇ ਮੇਰੇ ਪੇਰੈਂਟਸ ਨੇ ਮੈਨੂੰ ਉਹ ਬੋਲਟ ਗਿਫਟ ਕੀਤਾ ਹੈ अच्छा मतलब उन्हें मौका मिल गया था सरप्राइज देने का हां जी हां जी हां जी हां जी ठीक है ਤੇ ਅਗਰ ਤੁਹਾਨੂੰ ਲੱਗੇ ਚਲੋ ਮੈਂ ਹੁਣ ਔਨ ਕੈਮਰਾ ਪੁੱਛ ਰਹੀ ਆ ਅਗਰ ਤੁਹਾਨੂੰ ਲੱਗੇ ਕਿ ਲਾਈਫ ਦੇ ਵਿੱਚ ਕਦੀ ਆਪਣੇ ਪੇਰੈਂਟਸ ਨੂੰ ਤੁਸੀਂ ਕੁਝ ਗਿਫਟ ਕਰਨਾ ਆ ਤੇ ਕੀ ਦੇਣਾ ਚਾਹੋਗੇ ਉਹਨਾਂ ਨੂੰ ਦੇਖੋ ਜੀ ਉਹਨਾਂ ਮੂਰੇ ਹਰ ਇੱਕ ਚੀਜ਼ ਫੇਲਿਆ ਜੀ ਹਮ ਹੈਨਾ ਉਹਨਾਂ ਲਈ ਕੋਈ ਚੀਜ਼ ਬਣੀ ਨਹੀਂ ਗਈ ਮੈਂ ਇੰਨੇ ਔਕਾਤ ਦਾ ਮਾਲਕ ਨਹੀਂ ਕਿ ਮੈਂ ਉਹਨਾਂ ਨੂੰ ਕੁਝ ਗਿਫਟ ਦੇ ਸਕਾਂ ਫਿਰ ਵੀ ਸਾਰੀਆਂ ਅਨਮੁੱਲੀਆਂ ਜੀ ਉਹਨਾਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਮੈਂ ਦੇ ਸਕਦਾ ਹਾਂ ਹੀ ਨਹੀਂ ਮੇਰੇ ਹੱਥਾਂ ਮੈਂ ਜਿੰਨੀ ਜਿੰਨਾ ਵੀ ਕੁਝ ਦੇਈ ਜਾਵਾਂ ਭਾਵੇਂ ਉਹਨਾਂ ਨੂੰ ਵੱਡੀ ਤੋਂ ਵੱਡੀ ਚੀਜ਼ ਲੈ ਲਵਾਂ ਫੇ ਲਿਆ ਸਾਰੀਆਂ ਫਿਰ ਵੀ ਕਦੇ ਕੁਝ ਐਦਾਂ ਦੀ ਮੂਵਮੈਂਟ ਤੁਸੀਂ ਉਹਨਾਂ ਨਾਲ ਬਤੌਣਾ ਚਾਹੋ ਜਾਂ ਕੁਝ ਐਦਾਂ ਦਾ ਮੰਚ ਹੋਵੇ ਐਦਾ ਦੀ ਮੇਰੇ ਹਿਸਾਬ ਨਾਲ ਤਾਂ ਕੋਈ ਹੈ ਨਹੀਂ ਮੇਰੇ ਮੇਰੇ ਹਿਸਾਬ ਨਾਲ ਨਾ ਕਿ ਉਹਨਾਂ ਦੇ ਮੂਰੇ ਹਰ ਚੀਜ਼ ਛੂਟੀ ਆ ਹਾਂਜੀ ਬਾਈ ਜੀ ਤੁਸੀਂ ਸਕੂਲ ਟਾਈਮ ਵੀ ਭੰਗੜਾ ਪਾਇਆ ਕਾਲਜ ਟਾਈਮ ਵੀ ਭੰਗੜਾ ਪਾਇਆ ਪਰ ਇੱਕ ਜਿਹੜੀ ਵੀਡੀਓ ਦੀ ਮੈਂ ਪਹਿਲਾਂ ਗੱਲ ਕੀਤੀ ਸੀ ਕੈਂਡਲਾਈਟਰਾਂ ਦੇ ਵਾਅਦੇ ਕਰਕੇ ਇੱਕ ਜਿਹੜਾ ਜਿਹੜਾ ਤੁਹਾਡਾ ਸਟੈਪ ਸੀਗਾ ਉਹ ਰਾਤੋਂ ਰਾਤ ਬਹੁਤ ਜ਼ਿਆਦਾ ਵਾਇਰਲ ਹੋ ਗਿਆ ਸੀ ਤੇ ਕਪਲ ਸ਼ਰਮਾ ਨੇ ਆਪਣੇ ਪੇਜ ਤੇ ਵੀ ਪਾਇਆ ਸੀ ਹਾਂਜੀ ਤੇ ਉਹ ਜਿਹੜੀ ਵੀਡੀਓ ਕਿੱਥੇ ਦੀ ਸੀ ਪਹਿਲੀ ਤੇ ਗੱਲ ਜੀ ਉਹ ਉਹ ਜਦੋਂ ਵੀਡੀਓ ਵਾਇਰਲ ਹੋਈ ਉਦੋਂ ਵੀ ਮੈਂ ਡੀਵੀ ਕਾਲਜ ਲੋ ਨੱਚਦਾ ਹੀ ਪਿਆ ਸੀ ਦੋ ਹੀ ਹਲਾਰਾਂ ਦੇ ਵਿੱਚ ਅਸ ਕੰਪੀਟੀਸ਼ਨ ਕੋ ਚੱਲ ਰਿਹਾ ਸੀ ਹਾਂਜੀ ਐਕਚੁਅਲ ਚ ਉਹ ਦਿੱਲੀ ਵਿੱਚ ਇੱਕ ਕੰਪੀਟੀਸ਼ਨ ਹੋਇਆ ਸੀ ਪ੍ਰਾਈਵੇਟ ਕੰਪੀਟੀਸ਼ਨ ਹੋਇਆ ਸੀ ਗੁੱਡ ਸੀ ਹਾਂ ਤੇ ਉੱਥੇ ਸਾਡੀ ਡੀਏਵੀ ਕਾਲਜ ਭੰਗੜਾ ਟੀਮ ਪਰਫਾਰਮ ਕਰਨ ਗਈ ਸੀ ਹਾਂ ਤੇ ਇੱਕ ਉਹਨਾਂ ਨੇ ਜਿਹੜੇ ਟੀਮ ਦੇ ਕੈਪਟਨ ਸੀ ਉਹਨਾਂ ਨੂੰ ਸਟੇਜ ਤੇ ਬੁਲਾ ਕੇ ਆਨਰ ਕਰਨਾ ਸੀ ਤੇ ਉਸ ਟਾਈਮ ਮੈਨੂੰ ਸਟੇਜ ਤੇ ਬੁਲਾਇਆ ਸੀ ਤੇ ਥੱਲਿਓ ਰੌਲਾ ਪੈਣ ਲੱਪਿਆ ਕਿ ਪਰਫਾਰਮ ਕਰੋ ਪਰਫਾਰਮ ਕਰੋ ਕੁਝ ਮੇਰੇ ਸਾਥੀਆਂ ਨੇ ਵੀ ਉੱਥੇ ਕਿਹਾ ਕਿ ਪਰਫਾਰਮ ਕਰੋ ਤੇ ਇੱਕ ਦੋ ਗਾਣੇ ਲੱਗੇ ਹਾਂ ਤੇ ਇੱਕ ਗਾਣੇ ਤੇ ਪਹਿਲਾ ਪੰਗੜਾ ਪਾਇਆ ਮੁੜ ਕੇ ਕੈਂਡਲਾਈਟ ਲੱਗ ਗਿਆ ਮੈਂ ਸੁਣਿਆ ਨਹੀਂ ਕਦੀ ਵੀ ਗਾਣਾ ਝੂਟਕਾ ਤੋਂ ਬੋਲਣਾ ਤੇ ਉਹ ਜੱਕਦਮ ਜਿਹੜਾ ਕੁਝ ਦਿਮਾਗ ਚ ਆਇਆ ਉਹ ਕਰਤਾ ਤੇ ਵਾਹਿਗੁਰੂ ਨੇ ਉਹ ਤੋਂ ਕਿਰਪਾ ਕਰਤੀ ਤੇ ਨਾਲੇ ਉਹ ਜਿਹੜਾ ਸਟੈਪ ਹੈਗਾ ਮੇਰਾ ਨਹੀਂ ਹੈਗਾ ਮੇਰਾ ਨਹੀਂ ਆਏਗਾ ਉਹ ਐਕਚੁਅਲ ਤੇ ਪੰਗੜੇ ਦਾ ਹੀ ਨਹੀਂ ਹੈ ਤਾਂ ਪੰਗੜੇ ਦੀ ਪਰ ਜਿਹੜੀ ਪਛਾਣ ਬਣੀ ਮੈਨੂੰ ਲੱਗਦਾ ਸਟੈਪ ਦੀ ਪਛਾਣ ਛੋਟੇ ਤੋਂ ਬਣੀ ਚਲੋ ਵਾਹਿਗੁਰੂ ਨੇ ਹੀ ਲਾ ਬਣਾਉਣਾ ਹੁੰਦਾ ਪਰ ਉਹ ਸਾਡੇ ਸੀਨੀਅਰ ਵੀ ਕਰਦੇ ਹੁੰਦੇ ਸੀ ਪਟਿਆਲਿਆਲ ਵੀ ਕਰਦੇ ਸੀ ਜਲੰਧਰ ਵਾਲ ਵੀ ਕਰਦੇ ਅੰਬਰਸਾਰ ਵਾਲ ਵੀ ਕਰਦੇ ਕਹਿੰਦੇ ਆ ਨਾ ਕਿ ਮੈਂ ਦੱਸਿਆ ਨਾ ਕਿ ਮੈਂ ਬਹੁਤ ਬੰਦਿਆਂ ਨੂੰ ਦੇਖ-ਦੇਖ ਕੇ ਸਿੱਖਿਆ ਹਾਂਜੀ ਤੇ ਜਦੋਂ ਕਪਲ ਸ਼ਰਮਾ ਨੇ ਪੇਜ ਤੇ ਪਾਇਆ ਉਦੋਂ ਤੁਹਾਡਾ ਰਿਐਕਸ਼ਨ ਕਿਵੇਂ ਸੀ ਤੁਹਾਨੂੰ ਕੋਈ ਕਾਲ ਆਈ ਸੀ ਕਿ ਹਾਂ ਵੀ ਕਪਲ ਸ਼ਰਮਾ ਨੇ ਤੇਰੀ ਜਿਹੜੀ ਵੀਡੀਓ ਆ ਉਹ ਪੇਜ ਤੇ ਪਾ ਦਿੱਤੀ ਆ ਮੈਨੂੰ ਹਾਂਜੀ ਕਾਲ ਆਈ ਸੀ ਆਪਣੇ ਵੀਰ ਦੀ ਤੇ ਉਹਨਾਂ ਨੇ ਦੱਸਿਆ ਕਿ ਤੇਰੀ ਵੀਡੀਓ ਕਪਲ ਭਾਜੀ ਨੇ ਸ਼ੇਅਰ ਕਰ ਦਿੱਤੀ ਹਾਂ ਤੇ ਮੈਂ ਉਹਨੂੰ ਇਹ ਕੱਲ ਮੈਂ ਯਾਰ ਜਾ ਯਾਰ ਐਵੇਂ ਫੇਕ ਪੇਜ ਤੋਂ ਸ਼ੇਅਰ ਹੋਈ ਹਣੀ ਬਾਈ ਦਾ ਫੇਕ ਪੇਜ ਬਣਿਆ ਹੋਣਾ ਤੇ ਮੈਨੂੰ ਯਕੀਨ ਨਹੀਂ ਹੋਇਆ ਉਹ ਨਹੀਂ ਕਹਿੰਦਾ ਦੇਖ ਫਿਰ ਮੈਂ ਜਦੋਂ ਦੇਖਿਆ ਤੇ ਮੇਰੀ ਅੱਖਾਂ 'ਚੋਂ ਇੱਕ ਕਰੀ ਤਾਂ ਪਾਣੀ ਆ ਗਿਆ ਖੁਸ਼ੀ ਦਾ ਕਿ ਹਾਂ ਵੀ ਭੰਗੜਾ ਇੱਕ ਵਧੀਆ ਲੈਵਲ ਤੇ ਜਾ ਰਿਹਾ ਬਿਲਕੁਲ ਬਿਲਕੁਲ ਤੇ ਤੁਹਾਡੀ ਮੁਲਾਕਾਤ ਵੀ ਹੋਈ ਕਪਿਲ ਸ਼ਰਮਨ ਨਾਲ ਉਹ ਕਿਵੇਂ ਹੋਈ ਇੱਥੇ ਕਪਿਲ ਭਾਜੀ ਐਲਪੀਓ ਆਈ ਸੀ ਤੇ ਫਿਲਮ ਦੀ ਪ੍ਰਮੋਸ਼ਨ ਦੇ ਸੈنسਲੇ ਦੇ ਵਿੱਚ ਤੇ ਮੇਰੀ ਉੱਥੇ ਭਾਈ ਨਾਲ ਮੁਲਾਕਾਤ ਹੋਈ ਤੇ ਕਿਵੇਂ ਦੀ ਮੁਲਾਕਾਤ ਰਹੀ ਕੀ ਗੱਲਾਂ ਬਾਤਾਂ ਕੀਤੀਆਂ ਉਹ ਹਣ ਜੀ ਮੁਲਾਕਾਤ ਜਿਹੜੀ ਸੀ ਮਤਲਬ ਕਿ ਦੱਸ ਨਹੀਂ ਸਕਦੇ ਬਿਆਨਾਂ ਦੇ ਵਿੱਚ ਕੀ ਭਾਈ ਨੇ ਜਦੋਂ ਮੈਨੂੰ ਦੇਖਿਆ ਭਾਈ ਨੇ ਆਪ ਹੀ ਘੁੱਟ ਕੇ ਜੱਫੀ ਪਾਈ ਅੱਛਾ ਤੇ ਫੇ ਅਸੀਂ ਬਾਹਰ ਕੋਰੀਡੋਰ ਦੇ ਵਿੱਚ ਮਿਲੇ ਸੀ ਤੇ ਭਾਜੀ ਮੜ ਕੇ ਮੈਨੂੰ ਆਪਣੇ ਰੂਮ ਚ ਲੈ ਗਏ ਉੱਥੇ ਜਿਹੜੇ ਸਾਰੇ ਬੈਠੇ ਜਿੱਥੇ ਗੋਗੀ ਭਾਜੀ ਵੀ ਸੀ ਉਹ ਫਿਲਮ ਦੀ ਐਕਟਰਸ ਵੀ ਸੀ ਜਿਹੜੇ ਪਰਫਾਰਮ ਉੱਥੇ ਪ੍ਰਮੋਸ਼ਨ ਕਰਨਾ ਹੈ ਫਿਰ ਸਾਰਿਆਂ ਨਾਲ ਮੇਰੀ ਇੰਟਰੋ ਕਰਾਈ ਵਾਹ ਤੇ ਮੈਂ ਸਮਝਦਾ ਕਿ ਭੰਗੜੇ ਨੇ ਇੰਨਾ ਕੁਝ ਦਿੱਤਾ ਮੈਨੂੰ ਮੈਂ ਉਹ ਉਹ ਯਾਦਾਂ ਕਦੀ ਭੁੱਲ ਨਹੀਂ ਸਕਦਾ ਵਾਹ ਹਾਂਜੀ ਬਹੁਤ ਸੋਹਣੀ ਗੱਲ ਆ ਤੇ ਕਦੇ ਤੁਹਾਨੂੰ ਲੱਗਾ ਕਿ ਤੁਹਾਡੀ ਲਾਈਫ ਦੀ ਇੱਕ ਐਦਾ ਦੀ इमोशनल ਚੀਜ਼ ਜਾਂ इमोशनल ਪਲ ਜੜਾ ਆ ਤੁਹਾਨੂੰ ਲੱਗੇ ਕਿ ਉਹ ਬੈਸਟ ਸੀ ਮੇਰੇ ਲਈ ਉਹ ਚਾਹੇ ਖੁਸ਼ੀ ਦਾ ਹੋਵੇ ਜਾਂ ਚਾਹੇ ਸੈਡਨੈਸ ਦਾ ਹੋਵੇ ਪਰ ਇੱਕ ਉਹ इमोशनल ਪਲ ਜੜਾ ਰਿਹਾ ਹੋਵੇ ਤੁਹਾਡੇ ਲਾਈਫ ਦਾ ਸਾਰੇ ਜਿਹੜੇ ਜਦ ਜਦ ਭੰਗੜਾ ਪਾਇਆ ਹੂੰ ਉਹ ਜਿਹੜੇ ਪਾਲੋ ਖਾਸ ਆ ਹੂੰ ਕਿਉਂਕਿ ਹੌਲੀ ਹੌਲੀ ਬੰਦਾ ਜਵਾਨੀ ਤੋਂ ਬढ़ापे ਜਾਂਦਾ ਹੂੰ ਕਿਉਂਕਿ ਭੰਗੜਾ ਓਨੀ ਦੇਰ ਹੀ ਪਹਿਣਾ ਜਦੋਂ ਗੋਡੇ ਕਿੱਤੇ ਸਲਾਮਤ ਆ ਜੀ ਹੂੰ ਤੇ ਮੈਂ ਜਿੰਨੀ ਦਰ ਭੰਗੜਾ ਪਾਈ ਜਾਵਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਜਿਹੜੇ ਸਾਰੇ ਪਾਲਿਆ ਮੇਰੇ ਖੁਸ਼ੀ ਦੇ ਆ ਤੇ ਜਦੋਂ ਇੱਕ ਟਾਈਮ ਤਾਂ ਆਉਣਾ ਕਿ ਇਸ ਚੀਜ਼ ਤੋਂ ਭਾਵੇਂ ਹੌਲੀ-ਹੌਲੀ ਨੱਚੀ ਪੁੱਠਾ ਸਿੱਦਾ ਪਰ ਨੱਚਾਂ ਇੱਕ ਜ਼ਰੂਰ ਪਰ ਆ ਵੀ ਉਹ ਚੀਜ਼ ਕਾਇਮ ਨਹੀਂ ਰਹਿੰਦੀ ਜੋ ਸਰੀਰ ਪਹਿਲਾਂ ਸਾਥ ਦੇ ਹਾਂਜੀ ਸੋ ਮੇਰੇ ਲਈ ਜਿੰਨੀ ਵਾਰੀ ਮੈਂ ਭੰਗੜਾ ਪਾਵਾਂ ਮੇਰੇ ਲਈ ਖਾਸ ਹੀ ਹੁੰਦਾ ਉਹ ਪੂਜਾ ਜੀ ਮੈਨੂੰ ਲੱਗਦਾ ਕਿ ਜਿਹੜੀ ਉਹ ਵੀਡੀਓ ਸੀ ਇਹਦਾ ਇਹਨਾਂ ਦੀ ਕੈਂਡੀਡੇਟ ਵਾਲੀ ਆਪਾਂ ਨੂੰ ਦਰਸ਼ਕਾਂ ਨੂੰ ਦਿਖਾਉਣੀ ਚਾਹੀਦੀ ਆ ਬਿਲਕੁਲ ਦਿਖਾਉਣੀ ਚਾਹੀਦੀ ਆ ਤੇ ਇੱਥੇ ਅਸੀਂ ਵੀਡੀਓ ਦੇ ਲਈ ਥੋੜੀ ਦੇ ਲਈ ਰੁਕਾਗੇ ਸੋ ਇਹ ਤਾਂ ਆਪਾਂ ਦੇਖੀ ਵੀਡੀਓ ਤੇ ਮਜ਼ਾ ਆ ਗਿਆ ਦੇਖ ਕੇ ਵੀਡੀਓ ਸਟੈਪ ਦੇਖਿਆ ਬਹੁਤ ਸੋਹਣੀ ਸੀ ਆ ਮੈਂ ਸਿੱਖਣਾ ਬਾਈ ਜੀ ਉਹ ਸਟੈਪ ਜ਼ਰੂਰ ਬਾਈ ਜ਼ਰੂਰ ਵੈਸੇ ਮੈਨੂੰ ਲੱਗਦਾ ਹੈ ਕਿ ਉਹ ਜਿਹੜਾ ਸਟੈਪ ਆ ਨਾ ਹਰ ਇੱਕ ਨੇ ਫਾਲੋ ਕੀਤਾ ਬਿਲਕੁਲ ਉਸ ਤੋਂ ਬਾਅਦ ਤਾਂ ਲੱਗੇ ਬੁੱਢੇ ਤੱਕ ਸਾਰਿਆਂ ਨੇ ਉਹ ਸਟੈਪ ਜ਼ਰੂਰ ਵਰਤਿਆ ਹੋਵੇਗਾ ਚਲੋ ਵਾਈਗੁਰੂ ਦੀ ਕਿਰਪਾ ਹੈ ਜੀ ਭੰਗੜਾ ਇੰਨੀ ਅੱਗੇ ਤੇ ਜਾ ਰਿਹਾ ਤੇ ਅਸੀਂ ਭੰਗੜੇ ਦੇ ਜਿਹੜੇ ਸਿਪਾਈ ਆ ਉਹਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਕਾਮਯਾਬ ਹੋ ਰਹੇ ਆ ਬਾਈ ਜੀ ਸਿੱਖਣ ਤੋਂ ਮੈਨੂੰ ਇੱਕ ਗੱਲ ਯਾਦ ਆਈ ਆ ਅੱਜ ਤੱਕ ਕਿੰਨੇ ਸਟੂਡੈਂਟ ਤੁਸੀਂ ਜਿਹੜੇ ਤਿਆਰ ਕੀਤੇ ਆ ਬਾਈ ਸਟੂਡੈਂਟ ਸਟਾਰਟਿੰਗ ਦਾ ਆਪਾਂ ਕਹਿ ਨਹੀਂ ਸਕਦੇ ਤਿਆਰ ਕੀਤੇ ਨਾ ਕੁਝ ਐਦਾਂ ਦਾ ਕੋਈ ਨਹੀਂ ਕਿਉਂਕਿ ਮੈਂ ਤਾਂ ਅਜੇ ਆਪ ਹੀ ਸਟੂਡੈਂਟ ਆ ਇਹ ਤਾਂ ਬੜਾ ਆਪਣਾ ਨਹੀਂ 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 ਬੜਾ ਆਪਣਾ ਨਹੀਂ ਜੋ ਸਹੀ ਗੱਲ ਹੈ ਮੈਂ ਤਾਂ ਅਜੇ ਆ ਸਿੱਖਦਾ ਜੀ ਮੈਂ ਕਿਸੇ ਨੂੰ ਕੀ ਸਿਖਾ ਸਕਦਾ ਮੈਂ ਤਾਂ ਜੀ ਹਜੇ ਗਿਆਨ ਲੈ ਰਿਹਾ ਸਾਰਿਆਂ ਤੋਂ ਮੈਂ ਆਪਣੇ ਛੋਟੇ ਤੋਂ ਵੀ ਸਿੱਖਦਾ ਆਪ ਤੋਂ ਵੱਡੇ ਤੋਂ ਵੀ ਸਿੱਖਦਾ ਬਜ਼ੁਰਗਾਂ ਤੋਂ ਵੀ ਸਿੱਖਦਾ ਤੇ ਬਾਈ ਜੀ ਤੁਸੀਂ ਆਪਣੀ ਕੋਈ ਅਕੈਡਮੀ ਵੀ ਖੋਲੀ ਹੈ ਅਕੈਡਮੀ ਜੀ ਮੇਰਾ ਫਿਊਚਰ ਦੇ ਵਿੱਚ ਪਲਾਨ ਹੈਗਾ ਕਿਸਾਨੀ ਮੋਰਚਾ ਜੱਤ ਜੀ ਫੇ ਆਪਾਂ ਆਪਣੀ ਅਕੈਡਮੀ ਵੀ ਖੋਲਾਂਗੇ ਪਰ ਹਾਲ ਦੀ ਘੜੀ ਸ਼ਹਿਰ ਜਲੰਧਰ ਦੇ ਵਿੱਚ ਮੇਰੇ ਵੀਰਾਂ ਨੇ ਅਕੈਡਮੀ ਖੋਲੀ ਹੋਈ ਆ ਤੇ ਜਿਹੜਾ ਨੀਅਰ ਏਪੀਜੀ ਕਾਲਜ ਦੇ ਕੋਲ ਸੋਲ ਸ਼ੇਕਰ ਅਕੈਡਮੀ ਆ ਆਪਣੇ ਵੀਰ ਅਰ ਜੋ ਉੱਤੇ ਸੈਵੀ ਨੂੰ ਆਪਰੇਟ ਕਰ ਰਿਹਾ ਸਾਰੀ ਡੀਵੀ ਕਾਲਜ ਆਪਰੇਟ ਕਰ ਰਹੀ ਆ ਇੱਕ ਸਾਡੀ ਅਕੈਡਮੀ ਹੈਗੀ ਆ ਪੀਪੀਆਰ ਲੱਗੇ ਭੰਗੜਾ ਅਕੈਡਮੀ ਉਹਨੂੰ ਸਰਦਾਰ ਬਰਿੰਦਰ ਸਿੰਘ ਜੀ ਆਪਰੇਟ ਕਰ ਰਿਹਾ ਜੀ ਹਾਂਜੀ ਤੇ ਵੱਖ-ਵੱਖ ਜਲੰਧਰ ਸ਼ਹਿਰ ਦੇ ਵਿੱਚ ਵੱਖ-ਵੱਖ ਏਰੀਆ ਦੇ ਵਿੱਚ ਕਿਉਂਕਿ ਕਿਸੇ ਨੂੰ ਆਨ ਦੀ ਸਮੱਸਿਆ ਨਾ ਆਵੇ ਤਾਂ ਕਰਕੇ ਫੇ ਆਪਣੇ ਜਿਹੜੇ ਕਾਲਜ ਦੇ ਸਾਥੀ ਆ ਉਹ ਆਪਣੇ ਆਪਣੇ ਜਿਹੜੇ ਏਰੀਆ ਚ ਰਹਿ ਗਿਆ ਉਹ ਚੀਜ਼ਾਂ ਆਪਰੇਟ ਕਰਦੇ ਪੇਗੀ ਕੋਈ ਜਿੰਨਾ ਕੋ ਉਹਨਾਂ ਨੂੰ ਆਉਂਦਾ ਆ ਉਹ ਗਾਂਸ ਖਾਲ ਜੀ ਬਾਈ ਜੀ ਗੱਲਾਂ ਬਾਤਾਂ ਹੋਰ ਵੀ ਬਹੁਤ ਨੇ ਪਰ ਸਮਾਂ ਜਿਹੜਾ ਇੱਥੇ ਉਪਰੇਕਤਾ ਹੋ ਗਿਆ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ ਇਕ ਵਾਰ ਫੇਰ ਤੋਂ ਸਵਾਗਤ ਹੈ ਪ੍ਰੋਗਰਾਮ ਗਲ ਪੰਜਾਬ ਦੀ ਵਿੱਚ ਤੇ ਅੱਜ ਅਸੀਂ ਪੰਗੜੇ ਦੇ ਉੱਤੇ ਗੱਲਾਂ ਕਰ ਰਹੇ ਹਾਂ ਤੇ ਪੰਗੜੇ ਦੇ ਜਿਹੜੇ ਕਿੰਗ ਕਹੇ ਜਾਣ ਵਾਲੇ ਰਾਜਨ ਆਜਲਾ ਜੀ ਸਾਡੇ ਨਾਲ ਮੌਜੂਦ ਨੇ ਤੇ ਤੁਸੀਂ ਉਹਨਾਂ ਨੂੰ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਦੇਖਿਆ ਹੋਵੇਗਾ ਤੇ ਇੱਕ ਨਾਨ ਚਿਹਰਾ ਜਿਹੜਾ ਆ ਉਹ ਤੁਸੀਂ ਜਾਣਦੇ ਹੋ ਉਹਨਾਂ ਦੇ ਬਾਰੇ ਬਟ ਉਹਨਾਂ ਦੀ ਲਾਈਫ ਦੇ ਬਾਰੇ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਕਿੱਦਾਂ ਦਾ ਕੈਰੀਅਰ ਰਿਹਾ ਕਿੱਦਾਂ ਦਾ ਸਫਰ ਰਿਹਾ ਉਹਨਾਂ ਦਾ ਇੱਥੇ ਤੱਕ ਦਾ ਸੋ ਰਾਜਨ ਜੀ ਹੁਣ ਅੱਗੇ ਗੱਲ ਕਰਦੇ ਹਾਂ ਕਿ ਪ੍ਰੋਫੈਸ਼ਨਲ ਲਾਈਫ ਜਿਹੜਾ ਤੁਹਾਡਾ ਕਰੀਅਰ ਆ ਗਿਆ ਹੁਣ ਕਿ ਉੱਥੇ ਆ ਕੇ ਬਹੁਤ ਸਾਰੇ ਸਿੰਗਰਸ ਨੇ ਵੀਡੀਓਜ਼ ਦੇ ਵਿੱਚ ਤੁਹਾਨੂੰ ਦੇਖਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਐਕਸਪੀਰੀਅੰਸ ਹੈ ਤੁਹਾਡਾ ਉੱਥੇ ਦਾ ਕਿਉਂਕਿ ਪਹਿਲਾਂ ਭੰਗੜਾ ਕਰਦੇ ਸੀ ਤੁਸੀਂ ਸਟੇਜ ਦੇ ਲਈ ਤੇ ਹੁਣ ਤੁਸੀਂ ਭੰਗੜਾ ਕਰ ਰਹੇ ਹੋ ਕੈਮਰਾ ਦੇ ਲਈ ਸਟੇਜ ਤੇ ਕੈਮਰਾ ਤੱਕ ਦਾ ਸਫ਼ਰ ਕਿੱਦਾਂ ਦਾ ਸੀ ਔਰ ਕੀ ਡਿਫਰੈਂਸ ਹੈ ਨਾ ਦੋਨਾਂ ਦੇ ਵਿੱਚ ਪਹਿਲੀ ਤਾਂ ਗੱਲ ਆ ਜੀ ਜਦੋਂ ਬੰਦਾ ਆਪਣਾ ਕੰਮ ਆਪਣੇ ਜੀ ਜਾਨ ਦੇ ਨਾਲ ਕਰੇ ਹਨਾ ਭਾਵੇਂ ਉਹ ਸਟੇਜ ਤੇ ਕਰੇ ਭਾਵੇਂ ਕੈਮਰੇ ਮੂਰੇ ਕਰੇ ਉਹ ਆਪਣਾ ਵਧੀਆ 100% ਤਾਂ ਕੋਈ ਵੀ ਨਹੀਂ ਦੇ ਸਕਦਾ ਪਰ ਆਪਣਾ ਚੰਗੀ ਪਰਫਾਰਮ ਕਰਨ ਦਾ ਪਰਫਾਰਮ ਕਰਨ ਦੀ ਕੋਸ਼ਿਸ਼ ਕਰਦਾ ਸੋ ਮੈਂ ਵੀ ਉਹੀ ਕਰ ਰਿਹਾ ਕਿ ਜੋ ਸਟੇਜ ਤੇ ਪਰਫਾਰਮ ਕਰਦਾ ਹੋਏ ਕੈਮਰੇ ਮੂਰੇ ਹਾਂਜੀ ਕੈਮਰੇ ਮੂਰੇ ਥੋੜਾ ਇਹ ਆ ਕਿ ਤੁਸੀਂ ਜੇ ਤੁਹਾਡੇ ਉਹ ਗਲਤੀਆਂ ਦੀ ਕੱਟ ਹੋ ਜਾਂਦਾ ਪਰ ਸਟੇਜ ਤੇ ਕੱਟ ਨਹੀਂ ਹੁੰਦਾ ਕਿਉਂਕਿ ਲਾਈਵ ਹੁੰਦਾ ਉਹ ਸਾਰਾ ਤੋਖਾ ਕਿਹੜਾ ਲੱਗਿਆ ਫਿਰ ਸੌਖਾ ਕੋਈ ਕੰਮ ਨਹੀਂ ਹੁੰਦਾ। ਭਾਵੇਂ ਕੱਟ ਕਰਕੇ ਕਰਨਾ ਉਹ ਕੰਮ ਤਾਂ ਕੰਮ ਹੀ ਆ। ਸੌਖਾ ਕੋਈ ਨਹੀਂ ਹੁੰਦਾ। ਜੀ। ਤੇ ਮਿਹਨਤ ਕਰਕੇ ਉਹਨੂੰ ਠੀਕ ਕਰਨਾ ਉਹ ਸੌਖਾ ਹੁੰਦਾ। ਵਾਹ। ਹਾਂਜੀ। ਤੇ ਫਿਰ ਕਿਹੜੇ-ਕਿਹੜੇ ਸਿੰਗਰਸ ਦੇ ਨਾਲ ਤੁਸੀਂ ਹਜੇ ਤੱਕ ਕੰਮ ਕਰ ਚੁੱਕੇ ਹੋ? ਮੈਂ ਜੀ ਪਰਫਾਰਮ ਕਰ ਚੁੱਕਾ ਆ ਟਾਈਸਨ ਸਿੱਧੂ ਭਾਈ ਦੇ ਨਾਲ, ਜਾਰਡਨ ਸੰਧੂ ਭਾਈ ਦੇ ਨਾਲ, ਹਾਨੀ ਸਿੰਘ ਭਾਈ ਦੇ ਨਾਲ ਜੀ ਤੇ ਪਰਮੇਸ਼ ਭਾਈ ਨੂੰ ਉਦਾਂ ਮੈਂ ਗੱਲਬਾਤ ਹੁੰਦੀ ਆ ਪਰ ਪਰਫਾਰਮ ਨਹੀਂ ਕੀਤਾ ਹਜੇ। ਤੇ ਮਲਕੀਤ ਭਾਈ ਦੇ ਨਾਲ ਹਰ ਭਜਨ ਮਾਨ ਜੀ ਦੇ ਨਾਲ ਲੈਂਬਰ ਹਸਨਪੂਰੀ ਦੇ ਨਾਲ ਮਤਲਬ ਕਿ ਸਰਬਜੀ ਟੀਮਾ ਭਾਈ ਦੇ ਨਾਲ ਮੰਗੀਮਾਲ ਭਾਈ ਦੇ ਨਾਲ ਮਤਲਬ ਕਿ ਦੇਵੀ ਮਕਸੂਰਪੂਰੀ ਭਾਈ ਦੇ ਨਾਲ ਮਤਲਬ ਕਿ ਹਾਂ ਜੀ ਹਾਂ ਜੀ ਹਾਂ ਜੀ ਪਰ ਮੈਂ ਤੁਹਾਨੂੰ ਆਪਣੀ ਗੱਲ ਦੱਸ ਜਦੋਂ ਮੈਂ ਜੋਸ਼ ਜਵਾਨੀ ਸੱਭਿਆਚਾਰ ਕਲੱਬ ਜੁਆਇਨ ਕੀਤਾ ਹਨ ਤੇ ਅਸੀਂ ਸ਼ੂਟਿੰਗ ਤੇ ਚੱਲ ਜਾਣਾ ਸ਼ੌਂਕ ਹੁੰਦਾ ਹੈ ਅੱਛਾ ਓਫੇ ਕਿੰਨੇ ਕਲਾਕਾਰਾਂ ਦੇ ਨਾਲ ਮਤਲਬ ਭੰਗੜਾ ਪਾਉਣ ਦਾ ਮੌਕਾ ਮਿਲਿਆ ਪਰ ਹੁਣ ਆਪਣੇ ਆਪ ਨੂੰ ਚੰਗਾ ਲੱਗਦਾ ਕਿ ਮੈਂ ਇੰਨੇ ਵੱਡੇ ਕਲਾਕਾਰਾਂ ਦੇ ਨਾਲ ਇੰਨੇ ਵੱਡੇ ਮਾਨਯੋਗ ਜਿਹੜੇ ਹੈਗੇ ਸਾਡੇ ਉਹਨਾਂ ਦੇ ਨਾਲ ਪਰਫਾਰਮ ਕਰਨ ਦਾ ਮੌਕਾ ਮਿਲਿਆ ਅੱਛਾ ਪੂਜਾ ਜੀ ਇੱਕ ਬਾਈ ਜੀ ਹੋਰਾਂ ਨੇ ਭਰਮ ਜਿਹੜਾ ਸੀਗਾ ਉਹ ਵੱਡਾ ਜਿਹੜਾ ਸਭ ਤੋਂ ਵੱਡਾ ਭਰਮ ਸੀ ਤੋੜਿਆ ਪਤਾ ਕਿਹੜਾ ਕਿਉਂਕਿ ਅਕਸਰ ਬਾਈ ਜੀ ਗੁੱਸਾ ਨਾ ਕਰਿਓ ਅਕਸਰ ਮੰਨਿਆ ਜਾਂਦਾ ਕਿ ਕਿੰਨੇ ਵੀ ਭਾਰਾ ਪੰਦਾ ਉਹ ਚੁ ਫੁਰਤੀ ਨਹੀਂ ਹੁੰਦੀ ਉਹ ਭੰਗੜਾ ਨਹੀਂ ਪਾ ਸਕਦਾ ਇਹ ਜਿਹੜਾ ਪਰਮੇ ਬਾਈ ਜੀ ਨੇ ਤੋੜਿਆ ਭਾਈ ਜੀ ਮੈਨੂੰ ਲੱਗਦਾ ਤੁਹਾਨੂੰ ਹਰੇਕ ਇੰਟਰਵਿਊ ਦੇ ਵਿੱਚ ਪੁੱਛਿਆ ਜਾਂਦਾ ਆ ਬਿਲਕੁਲ ਜੀ ਬਿਲਕੁਲ ਨਾਲੇ ਇੱਕ ਗੁੱਸੇ ਕਰਨ ਵਾਲੀ ਗੱਲ ਨਹੀਂ ਤੇ ਜੇ ਗੁੱਸਾ ਕਰਾਂਗੇ ਫੇਰ ਤਾਂ ਸਰੀਰ ਉਦਹੀਂ ਚੜਿਆਂ ਜਾਂ ਰਹਿਣਾ ਇਸ ਲਈ ਗੁੱਸਾ ਨਹੀਂ ਕਰੀਦਾ ਤੇ ਪਰ ਠੀਕ ਆ ਚੱਲਦਾ ਇਨਾਂ ਦਾ ਖਾਂਦੇ ਵਿੱਚ ਹੀ ਖਾਦੇ ਆ ਇਹ ਖਾਂਦੇ ਵੀ ਤਾਂ ਠੀਕ ਆ ਜੀ ਤੇ ਇਸ ਚੀਜ਼ ਨੂੰ ਮੈਂ ਕਦੀ ਆਪਣੇ ਤੇ ਹਾਵ ਹੀ ਨਹੀਂ ਹੁੰਦਾ ਹਾਂ ਮਿਹਨਤ ਕੀਤੀ ਆ ਸ਼ੌਂਕ ਦਾ ਸ਼ੌਂਕ ਨੂੰ ਕਹਿੰਦੇ ਕੋਈ ਸਰੀਰ ਦੀ ਲੋੜ ਨਹੀਂ ਹੁੰਦੀ ਭਾਰਾ ਹੋਵੇ ਪਤਲਾ ਹੋਵੇ ਤੇ ਸ਼ੌਂਕ ਨੇ ਜੋ ਜਦੋਂ ਸ਼ੌਂਕ ਦਾ ਜਿਹੜਾ ਵਿੱਚੋਂ ਬੰਦਾ ਜਕੜ ਲੈਂਦਾ ਨਾ ਫਿਰ ਉਹ ਕੰਮ ਕਰ ਲੈਂਦਾ ਜਿਹੜਾ ਕਰਦਾ ਪਰ ਫਿਰ ਵੀ ਭਾਈ ਜੀ ਇੰਨਾ ਕਰੰਟ ਨਹੀਂ ਫਰਤੀ ਇਹ ਮਾਲਕ ਦੀ ਕਿਰਪਾ ਹੈ ਜੀ ਹਾਂਜੀ ਉਹ ਜਿਹੜਾ ਸਾਰਾ ਕ੍ਰੈਡਿਟ ਮਾਲਕ ਨੂੰ ਹੀ ਆ ਜੀ ਉਹ ਤੇ ਭਾਈ ਜੀ ਇੱਕ ਗੱਲ ਹੋਰ ਤੁਹਾਨੂੰ ਕਿੰਨੇ ਸਾਲ ਹੋ ਗਏ ਭੰਗੜਾ ਪਾਉਂਦੇ ਸਾਲ ਤਾਂ ਹੀ ਜਦੋਂ ਜੰਮੇ ਉਹਨੇ ਭੰਗੜਾ ਹੀ ਪਾਉਣ ਡੇ ਫਿਰ ਵੀ ਫੇਰ ਵੀ ਮਤਲਬ ਇਹ ਬਸ ਨਾ ਤੁਹਾਡੇ ਤੋਂ ਤੁਹਾਡੀ ਉਮਰ ਪੁੱਛ ਰਹੇ ਨੇ ਬਸ ਥੋੜਾ ਜਿਹਾ ਘੁਮਾ ਕੇ ਗੱਲ ਕਰ ਰਹੇ ਨੇ ਉਮਰ ਪੁੱਛ ਲਈ ਜੀ ਇਹ ਸਾਰੀ 28 29 ਸਾਲ ਦੀ ਹੈ ਸੁਣੋ ਸੁਣੋ ਉਹਨਾਂ ਨੇ ਪਹਿਲਾਂ ਦੱਸਦਾ ਕਿ 94 95 ਦੇ ਉਮਰ ਦੇ ਸੌਰੀ ਸਨ ਦੇ ਵਿੱਚ ਇਹਨਾਂ ਨੇ 4-5 ਸਾਲ ਦੀ ਉਮਰ ਦੇ ਵਿੱਚ ਭੰਗੜਾ ਸ਼ੁਰੂ ਕੀਤਾ ਸੀ ਤੇ ਤੁਹਾਨੂੰ ਆਈਡੀਆ ਹੋ ਗਿਆ ਹੋਣਾ ਕਿ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੰਮ ਕਰਾਂ ਦਾ। ਜੀ। ਦੇਖਿਆ ਗਵਾਹ ਜਾਂਦੇ ਨੇ ਬੈਠੇ ਨੇ। ਕੋਈ ਗੱਲ ਨਹੀਂ। ਸੋ ਆਪਾਂ ਹੁਣ ਗੱਲ ਕਰ ਰਹੇ ਸੀਗੇ ਕਿ ਕਲਾਕਾਰਾਂ ਦੇ ਨਾਲ ਤੁਹਾਨੂੰ ਮੌਕਾ ਮਿਲਿਆ ਕੰਮ ਕਰਨ ਦਾ ਤੇ ਸਭ ਤੋਂ ਬੈਸਟ ਜਿਹੜਾ ਐਕਸਪੀਰੀਅੰਸ ਆ ਤੁਹਾਡਾ ਕਿਹੜੇ ਕਲਾਕਾਰ ਦੇ ਨਾਲ ਰਿਹਾ? ਦੇਖੋ ਜਿਹੜਾ ਐਕਸਪੀਰੀਅੰਸ ਹੋ ਸਾਰੇ ਬੈਸਟ ਹੀ ਹੁੰਦੇ ਸਾਰਿਆਂ ਨਾਲ ਵਧੀਆ ਰਿਹਾ ਪਰ ਮੈਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਜਾਂ ਭੰਗੜੇ ਨੂੰ ਇੰਨੀ ਵੱਡੀ ਸਟੇਜ ਤੇ ਲੈ ਗਏ ਹਣੀ ਸਿੰਘ ਪਾਜੀ ਹਨੀ ਸਿੰਘ ਭਾਜੀ ਨੇ ਭੰਗੜਾ ਇੱਕ ਬਾਲੀਵੁੱਡ ਲੈਵਲ ਤੇ ਪ੍ਰਮੋਟ ਕੀਤਾ ਕਿ ਉਹਨਾਂ ਨੇ ਉੱਥੇ ਉਹ ਉਹਨਾਂ ਦੀ ਵੀਡੀਓ ਚ ਉਹਨਾਂ ਦਾ ਸਾਰਾ ਕਨਸੈਪਟ ਹੀ ਭੰਗੜਾ ਸੀ ਮਤਲਬ ਸਾਰਾ ਭੰਗੜਾ ਪੈਂਡਿਆ ਆਪ ਵੀ ਭੰਗੜੇ ਡਰੈਸ ਦੇ ਵਿੱਚ ਸੀ ਮੈਂ ਮੰਨਦਾ ਕਿ ਉਹ ਜਿਹੜੇ ਹਨੀ ਸਿੰਘ ਭਾਜੀ ਨੇ ਇੱਕ ਮੈਨੂੰ ਬਹੁਤ ਵਧੀਆ ਚਾਂਸ ਦਿੱਤਾ ਕਿ ਮੈਂ ਭੰਗੜੇ ਨੂੰ ਇੱਕ ਬਾਲੀਵੁੱਡ ਲੈਵਲ ਤੇ ਅੱਗੇ ਲੈ ਕੇ ਆਵਾਂ ਬਿਲਕੁਲ ਤੇ ਆਪਾਂ ਹਨੀ ਸਿੰਘ ਭਾਜੀ ਦੀ ਗੱਲ ਕਰਦੇ ਆਂ ਵੀ ਉਹਨਾਂ ਨਾਲ ਮੁਲਾਕਾਤ ਦਾ ਕਿਦਾਂ ਮਤਲਬ ਕਿਦਾਂ ਬਣਿਆ ਕਿ ਉਹਨਾਂ ਨਾਲ ਮੁਲਾਕਾਤ ਹੋਈ ਤੇ ਤੁਹਾਨੂੰ ਵੀਡੀਓ ਦੇ ਵਿੱਚ ਲਿਆ ਹਨੀ ਸਿੰਘ ਭਾਜੀ ਦੀ ਮੇਰੀ ਜਿਹੜੀ ਮੁਲਾਕਾਤ ਸੀ ਉਹ ਹੋਈ ਆਪਣੇ ਸਤਿਕਾਰਯੋਗ ਡਾਇਰੈਕਟਰ ਹੈਰੀ ਪ੍ਰੀਤ ਭਾਈ ਦੇ ਥਰੂ ਤੇ ਫਿਰ ਮੈਂ ਦਿੱਲੀ ਗਿਆ ਉੱਥੇ ਸਾਡੀ ਪ੍ਰੈਕਟਿਸ ਚੱਲਦੀ ਸੀ ਜਦੋਂ ਗੁਰਨਾਲੋ ਇਸ਼ਕ ਮਿਠਾ ਗਾਣਾ ਆਉਣਾ ਸੀ ਤੇ ਉਸ ਤੋਂ ਬਾਅਦ ਹਨੀ ਸਿੰਘ ਭਾਜੀ ਉਹਨਾਂ ਦਾ ਮਤਲਬ ਕਿ ਉਹ ਮਤਲਬ ਉਹਨਾਂ ਨੂੰ ਵੱਡਾ ਭਰਾ ਮੰਨਦਾ ਹਨੀ ਸਿੰਘ ਭਾਜੀ ਹੋਗੇ ਬੋਬੀ ਭਾਜੀ ਹੋਗੇ ਗੁਲਾਟੀ ਭਾਜੀ ਹੋਗੇ ਮਤਲਬ ਉਹ ਜਿਹੜੀ ਸਾਰੀ ਟੀਮ ਹੈ ਉਹਨਾਂ ਦੀ ਫੈਮਿਲੀ ਉਹਨਾਂ ਦੇ ਪੇਰੈਂਟਸ ਜਿਹੜੇ ਹੈਗੇ ਉਹਨਾਂ ਦੀ ਸਿਸਟਰ ਵਾਈਫ ਸਾਰੇ ਮਤਲਬ ਕੀ ਬਹੁਤ ਪਿਆਰ ਕਰਦੇ ਮਤਲਬ ਇੱਕ ਮੈਂ ਉੱਥੇ ਰਿਹਾ ਇੰਨੇ ਦਿਨ ਕਿ ਮੈਨੂੰ ਫੈਮਲੀ ਨੂੰ ਟ੍ਰੀਟ ਕੀਤਾ ਤੇ ਉਹ ਵਾਲਾ ਜਿਹੜਾ ਸਟੈਪ ਸੀ ਉਹ ਗੁਰ ਨਾਲੋਂ ਇਸੇ ਮਿਠਾ ਵੀਡੀਓ ਦੇ ਵਿੱਚ ਵੀ ਇਹ ਕੀਤਾ ਤੁਸੀਂ ਹਾਂਜੀ 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 ਤੇ ਹਨੀ ਸਿੰਘ ਭਾਈ ਨੇ ਖੁਦ ਕਿਹਾ ਸੀ ਇਹ ਬੜਾ ਸਟੈਪ ਪਾਉਣਾ ਵਿੱਚ ਦੇਖੋ ਭਾਈ ਨੇ ਬਿਲਕੁਲ ਖੁਦ ਕੀਤਾ ਹੀ ਭਾਈ ਭਾਈ ਨੂੰ ਵੀ ਵਧੀਆ ਲੱਗਦਾ ਪਰਸਨਲੀ ਤੇ ਉਹ ਥੋੜਾ ਜਿਹਾ ਜਿਹੜਾ ਜਿਹੜਾ ਕੈਂਡਲ ਲਾਈਟ ਵਾਲਾ ਸੀ ਉਹ ਥੋੜਾ ਵੱਖਰਾ ਸੀ ਸਿਸਟਰ ਤੇ ਜਿਹੜਾ ਵੀਡੀਓ ਦੇ ਵਿੱਚ ਸੀ ਉਹ ਥੋੜਾ ਵੱਖਰਾ ਸੀ ਹਾਂਜੀ ਪਰ ਇੱਕ ਉਹ ਕੱਚਾਂ ਸੇਮ ਚੱਲਦੀਆਂ ਪਈਆਂ ਸੀ ਤੇ ਉਹ ਥੋੜੇ ਪੈਰਾਂ ਦੀ ਮੂਵਮੈਂਟ ਹੋਰ ਸੀ ਉਹਨਾਂ ਦੀ ਹਾਂਜੀ ਜੀ ਤੇ ਫਿਰ ਪਰਮੀਸ਼ ਵਰਮਾ ਜੀ ਨਾਲ ਬੜਾ ਆਇਆ ਸੀ ਸਾਹਮਣੇ ਕਿ ਇੱਕ ਲਾਈਵ ਚੈਟ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਤੁਹਾਨੂੰ ਕਿ ਮੈਨੂੰ ਵੀ ਭੰਗੜਾ ਸਿਖਾ ਦੇ ਤੇ ਉਹਦੇ ਬਾਰੇ ਕੁਝ ਦੱਸੋ ਅ ਪਰਮੇਸ਼ ਵੀਰੇ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਬਾਈ ਨੇ ਵੀ ਬਹੁਤ ਸਪੋਰਟ ਕੀਤੀ ਜਦੋਂ ਬਾਈ ਦੇ ਗਾਣੇ ਦੇ ਵਿੱਚ ਉਹ ਐਕਸ਼ਨ ਪਾਇਆ ਕੈਂਡਲਾਈਟ ਵੀਡੀਓ ਦੇ ਵਿੱਚ ਸੀ ਜਿਹੜਾ ਤੇ ਬਾਈ ਨੇ ਪਰਸਨਲੀ ਕਿਹਾ ਕਿ ਮੈਨੂੰ ਚੰਗਾ ਲੱਗਦਾ ਮੈਂ ਪਾਇਆ ਤੇ ਬਾਈ ਨੇ ਲਾਈਵ ਹੋ ਕੇ ਮੈਨੂੰ ਪ੍ਰੇਜ਼ ਕੀਤੀ ਮੈਨੂੰ ਵੀ ਚੰਗਾ ਲੱਗਾ ਕਿ ਦੇਖੋ ਜਿੱਥੇ-ਇਥੇ ਭੰਗੜਾ ਪ੍ਰਮੋਟ ਹੁੰਦਾ ਹਨ ਮੈਨੂੰ ਬਹੁਤ ਚੰਗਾ ਲੱਗਦਾ ਜਿਹਦੇ ਮਰਜ਼ੀ ਥਰੂ ਹੋਵੇ ਜੀ ਇਹ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਪੰਗੜਾ ਇੱਕ ਜਿਹੜਾ ਹੈ ਅਜਿਹੀ ਚੀਜ਼ ਆ ਸਾਡੇ ਪੰਜਾਬ ਦਾ ਸੱਭਿਆਚਾਰ ਆ ਹਨਾ ਤੇ ਇੱਕ ਪਛਾਣ ਆ ਸਾਡੇ ਪੰਜਾਬ ਦੀ ਪੰਗੜਾ ਗਿੱਧਾ ਹੋ ਗਿਆ ਸੋ ਪਹਿਲਾਂ ਦੇਖਦੇ ਸੀ ਅਸੀਂ ਕਿ ਜਦੋਂ ਕਿਸਾਨ ਜਿਹੜੀ ਆਪਣੀ ਫਸਲ ਵੜਦੇ ਹੁੰਦੇ ਸੀਗੇ ਤੇ ਪੰਗੜਾ ਉਦੋਂ ਪਾਉਂਦੇ ਹੁੰਦੇ ਸੀਗੇ ਜੇ ਤੁਸੀਂ ਗੱਲ ਵੀ ਕੀਤੀ ਕਿ ਅਸੀਂ ਜਿਹੜੇ ਕੰਮ ਆ ਰੋਕੇ ਹੋਏ ਨੇ ਕਿਸਾਨ ਅੰਦੋਲਨ ਕਰਕੇ ਕਿ ਜਦ ਤੱਕ ਅਸੀਂ ਜਿੱਤ ਕੇ ਨਹੀਂ ਆ ਜਾਂਦੇ ਉਦੋਂ ਤੱਕ ਤੁਸੀਂ ਜਿਹੜੇ ਅਕੈਡਮੀ ਆ ਉਹ ਨਹੀਂ ਹਜੇ ਸ਼ੁਰੂ ਕਰੋਗੇ ਇਸ ਦੇ ਬਾਰੇ ਕੁਝ ਦੱਸਿਓ ਮੇਰਾ ਜੀ ਇਹ ਇਹ ਆ ਕਿ ਜਦੋਂ ਦਾ 5-6 ਮਹੀਨੇ ਹੋਈ ਜਦੋਂ ਦਾ ਆਪਾਂ ਦਿੱਲੀ ਕੇ 4-5 ਮਹੀਨੇ ਹੋ ਗਏ ਹੂੰ ਉਹਦੋਂ ਦਾ ਜਿੱਦਾਂ ਹੁਣ ਅਸੀਂ ਭੰਗੜਾ ਪਾ ਕੇ ਆਪਣੇ ਮੈਂ ਆਪਣੇ ਪੇਜ ਤੇ ਵੀਡੀਓ ਅਪਲੋਡ ਕਰ ਦੰਨਾ ਹੈ ਉਹ ਮੈਂ ਰੋਕ ਦਿੱਤੀਆਂ ਕਿਉਂਕਿ ਆਪਾਂ ਕਹਿੰਨੇ ਕਿ ਸੋਸ਼ਲ ਮੀਡੀਆ ਤੇ ਉਹ ਭੰਗੜਾ ਭੰਗੜੇ ਦੇ ਵੀਡੀਓ ਨਹੀਂ ਪਾਉਣੀ ਕਿਉਂਕਿ ਅਸੀਂ ਜਦੋਂ ਭੰਗੜਾ ਸਿੱਖਦੇ ਆ ਜਾਂ ਸਾਨੂੰ ਉਸਤਾਦ ਲੋਕ ਦੱਸਦੇ ਆ ਕਿ ਭੰਗੜੇ ਦੀ ਡੈਫੀਨੇਸ਼ਨ ਜਾਂ ਕੋਈ ਵੀ ਪੁੱਛਦੇ ਸਾਨੂੰ ਦੱਸਦੇ ਆ ਕਿ ਕਿਸਾਨ ਜਦੋਂ ਖੁਸ਼ ਹੁੰਦਾ ਉਦੋਂ ਭੰਗੜਾ ਪਾਉਂਦੇ ਆ ਪਰ ਜੇ ਇਸ ਵੇਲੇ ਕਿਸਾਨ ਹੀ ਨਹੀਂ ਖੁਸ਼ ਹੈਗਾ ਤੇ ਅਸੀਂ ਭੰਗੜਾ ਕਿਉਂ ਪਾਈਏ ਠੀਕ ਆ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਪਾਉਣਾ ਭੰਗੜਾ ਅਸੀਂ ਵੀਡੀਓ ਪਾਵਾਂਗੇ ਇਸ ਲਈ ਅਸੀਂ ਕਿਸਾਨੀ ਨੂੰ ਪ੍ਰਮੋਟ ਕਰੀਏ ਠੀਕ ਨਹੀਂ ਤੇ ਉਦਾਂ ਭੰਗੜਾ ਹਜੇ ਅਸੀਂ ਰੋਕਿਆ ਹੋਇਆ ਕਿ ਜਦੋਂ ਜਿੱਤਾਂਗੇ ਕਿਸਾਨ ਮੋਰਚਾ ਉਦੋਂ ਹੀ ਪਾਵਾਂਗੇ ਭੰਗੜਾ ਜੀ ਤਾਂ ਬਹੁਤ ਕਰਦਾ ਭੰਗੜਾ ਪਾਈਏ ਪਰ ਕਹਿੰਦੇ ਹਨ ਕਿ ਜਦੋਂ ਆਪਣੇ ਬਾਰੇ ਸੋਚਦਾ ਫੇ ਬੰਦਾ ਸੈਲਫਿਸ਼ ਹੋ ਜਾਂਦਾ ਜਦੋਂ ਦੂਜਿਆਂ ਦੇ ਵਿੱਚ ਜਾ ਕੇ ਖੜਦਾ ਬੰਦਾ ਫੇ ਬੰਦਾ ਉਹਨਾਂ ਦੇ ਹੌਪ-ਹਾਉਮ ਨੂੰ ਸਮਝਦਾ ਕਿ ਉਹ ਕਿੰਨੀ ਤਕਲੀਫ ਦੇ ਵਿੱਚ ਹੈ ਜੇ ਸਾਡੇ ਭੰਗੜੇ ਦੇ ਮੋਢੀ ਨਹੀਂ ਖੋਸ਼ ਤੇ ਅਸੀਂ ਕੀ ਕਰਨਾ ਭੰਗੜਾ ਪਾ ਕੇ ਬਿਲਕੁਲ ਬਹੁਤ ਸੋਹਣੀ ਗੱਲ ਹੈ ਕਿ ਹਜੇ ਜੱਥੇ ਮਾਰਕੀਟ ਚੱਲ ਰਹੀ ਆ ਜਿੱਥੇ ਸਾਰੇ ਲੋਕ ਆਪਣਾ ਆਪਣਾ ਕੰਮ ਕਰ ਰਹੇ ਨੇ ਤੇ ਉੱਥੇ ਇਸ ਵੇਲੇ ਸੀਜ਼ਨ ਵੀ ਹੈ ਕੰਮ ਦਾ ਤੇ ਤੁਸੀਂ ਆਪਣੇ ਪ੍ਰੋਜੈਕਟਸ ਮਨਾ ਕਰ ਰਹੇ ਹੋ ਤੁਸੀਂ ਭੰਗੜਾ ਬਿਲਕੁਲ ਹੀ ਬੰਦ ਕੀਤਾ ਹੋਇਆ ਹੈ ਇਸ ਦੌਰਾਨ ਜਦ ਤੱਕ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਬਿਲਕੁਲ ਹੀ ਹੁਣ ਤੁਸੀਂ ਕੋਈ ਪ੍ਰੋਜੈਕਟ ਵੀ ਨਹੀਂ ਕਰ ਰਹੇ ਹੋ ਜਾਂ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਨਹੀਂ ਪਾ ਰਹੇ ਹੋ ਬਹੁਤ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸਾਰੇ ਪ੍ਰੋਜੈਕਟ ਆਏ ਤੇ ਮੈਂ ਸਾਰਿਆਂ ਨੂੰ ਮਨਾ ਕਰਤਾ ਦੁੱਖ ਤਾਂ ਬਹੁਤ ਲੱਗਾ ਪਰ ਅਗਲੇ ਨੂੰ ਸਮਝਾਉਣਾ ਵੀ ਔਖਾ ਲੱਗਦਾ ਸੀ ਕਿਉਂਕਿ ਬਹੁਤ ਪੁਰਾਣੇ ਪਿਆਰੇ ਸੱਜਣ ਆ ਸਾਡੇ ਉਹ ਬਹੁਤ ਪਿਆਰ ਆ ਉਹਨਾਂ ਨਾਲ ਤੇ ਮਨਾ ਕਰਨ ਵੇਲੇ ਵੀ ਦੁੱਖ ਲੱਗਦਾ ਸੀ ਪਰ ਇੱਕ ਹੌਸਲਾ ਕਰਨਾ ਹੀ ਪੈਂਦਾ ਹੁੰਦਾ ਹਰ ਚੀਜ਼ ਲਈ ਕਿ ਹਾਂ ਵੀ ਨਹੀਂ ਜਦੋਂ ਜਿੱਤਾਂਗੇ ਉਦੋਂ ਹੀ ਪਾਵਾਂਗੇ ਭੰਗੜਾ ਤੇ ਬਾਈ ਜੀ ਪਰਿਵਾਰ ਨੇ ਵੀ ਕਿਹਾ ਕਿ ਹਾਂ ਮਨਾ ਕਰ ਦੇ ਜਾ ਉਹਨਾਂ ਨੇ ਕਿਹਾ ਵੀ ਕਰ ਲਾ ਪਰਿਵਾਰ ਜੀ ਸ਼ੁਰੂ ਤੋਂ ਸਪੋਰਟਿਵ ਆ ਉਹ ਕਹਿੰਦੇ ਕੋਈ ਚੱਕਰ ਨਹੀਂ ਹੈਗਾ ਨਹੀਂ ਪਾਉਣਾ ਉਹਨਾਂ ਨੇ ਵੀ ਤੇ ਭੰਗੜੇ ਦੇ ਦੌਰਾਨ ਤੁਹਾਨੂੰ ਕਦੇ ਬਾਹਰ ਦਾ ਸਫਰ ਕਰਨ ਦਾ ਮੌਕਾ ਮਿਲਿਆ ਭੰਗੜੇ ਨੂੰ ਬਾਹਰਲੀ ਸਟੇਜ ਦੇ ਉੱਤੇ ਪਰਫਾਰਮ ਕਰਨ ਦਾ ਮੌਕਾ ਮਿਲਿਆ ਮਾਲਕ ਦੀ ਕਿਰਪਾ ਨਾਲ ਜੀ ਬਹੁ ਵਾਰੀ ਮਿਲਿਆ ਜੀ ਹੂੰ ਤੇ ਸਭ ਤੋਂ ਪਹਿਲਾਂ ਮੇਰਾ ਜਿਹੜਾ ਭੰਗੜਾ ਬਾਹਰਲੇ ਦੇਸ਼ ਚ ਪਰਫਾਰਮ ਕਰਨ ਦਾ ਇਹ ਸੀ ਮਲੇਸ਼ੀਆ ਹੂੰ ਅੱਛਾ ਮਲੇਸ਼ੀਆ ਜੋਹਰ ਬਾਰੂ ਫੈਸਟੀਵਲ ਹੁੰਦਾ ਉੱਥੇ ਗਿਆ ਸੀ ਪਹਿਲੀ ਵਾਰੀ ਫਿਰ ਵਾਹਿਗੁਰੂ ਨੇ ਕਿਰਪਾ ਕੀਤੀ ਫਿਰ ਮੈਂ ਇੰਗਲੈਂਡ ਗਿਆ ਉੱਥੇ ਦੀਆਂ ਵੱਖ-ਵੱਖ ਸ਼ਹਿਰਾਂ ਦੀਆਂ ਅਕੈਡਮੀਜ਼ ਦੇ ਵਿੱਚ ਜਾ ਕੇ ਪਰਫਾਰਮ ਕਰਨ ਦਾ ਮੌਕਾ ਮਿਲਿਆ ਹੂੰ ਮੈਨੂੰ ਦੋ ਮੈਂ ਜਦੋਂ ਇੰਗਲੈਂਡ ਜਾਣਾ ਆ ਤੇ ਮੈਨੂੰ ਉੱਥੇ ਸਭ ਤੋਂ ਪਹਿਲਾਂ ਲੰਡਨ ਦੇ ਵਿੱਚ ਵਾਜ਼ਦਾ ਪੰਜਾਬ ਭੰਗੜਾ ਅਕੈਡਮੀ ਜਿਹਨੂੰ ਕੀ ਰਨ ਕਰਦਾ ਮੇਰਾ ਵੱਡਾ ਵੀਰ ਸੁਰਜਿੰਦਰ ਸਿੰਘ ਮਨੀ ਭਾਜੀ ਹੋਣੀ ਤੇ ਗੱਭੀ ਉਸਤਾਦ ਹੋਣੀ ਤੇ ਫਿਰ ਉੱਥੇ ਬਹੁਤ ਮੌਕਾ ਮਿਲਿਆ ਲੋਕਾਂ ਦੇ ਨਾਲ ਸਾਂਝ ਪਾਉਣ ਦਾ ਫੇ ਬਰਮਿੰਗਮ ਦੇ ਵਿੱਚ ਗੱਭਰੂ ਪੰਜਾਬ ਦੇ ਅਕੀ ਭਾਜੀ ਹੁਣ ਭਾਜੀ ਜਿਹਨੂੰ ਜਿਹੜੀ ਅਕੈਡਮੀ ਰਨ ਕਰਦੇ ਆ ਉਹ ਹਾਂਜੀ ਸੋ ਹੁਣ ਆਪਣਾ ਇੱਕ ਲਾਸਟ ਸਵਾਲ ਕਿਉਂਕਿ ਸਮਾਂ ਸਾਡੇ ਕੋਲ ਥੋੜਾ ਆ ਜਦੋਂ ਤੁਸੀਂ ਕਿਹਾ ਕਿ ਤੁਹਾਨੂੰ ਬਾਹਰ ਲਿਆ ਸਟੇਜ ਦੇ ਉੱਤੇ ਪਰਫਾਰਮ ਕਰਨ ਦਾ ਮੌਕਾ ਮਿਲਿਆ ਤੇ ਹੁਣ ਫਿਊਚਰ ਦੇ ਵਿੱਚ ਕੁਝ ਪਲਾਨ ਕਰ ਰਹੇ ਹੋ ਤੁਸੀਂ ਫਿਊਚਰ ਦੇ ਵਿੱਚ ਜੀ ਸਾਡੇ ਪਲਾਨ ਜਿਹੜੇ ਹੁਣ ਸੀ ਕੋਰੋਨਾ ਕਰਕੇ ਸਾਰੇ ਸਟਕ ਹੋ ਗਏ ਹੁਣ ਸਾਡਾ ਅਮਰੀਕਾ ਦੇ ਵਿੱਚ ਸੀ ਪੰਗੜਾ ਵਰਲਡ ਕੱਪ ਕੰਪੀਟੀਸ਼ਨ ਸੀ ਕੈਨੇਡਾ ਦੇ ਵਿੱਚ ਵੀ ਕੰਪੀਟੀਸ਼ਨ ਸੀ ਫੇ ਇੰਡੀਆ ਵੀ ਕੰਪੀਟੀਸ਼ਨ ਸੀ ਤੇ ਉਹ ਕਰੋਨਾ ਕਰਕੇ ਸਾਰਾ ਸਟਕ ਹੋ ਗਿਆ ਕਿਉਂਕਿ ਮੈਂ ਹੁਣ ਮੈਂ ਇੰਗਲੈਂਡ ਦੀ ਟੀਮ ਦੇ ਨਾਲ ਜੁੜਿਆ ਹੋਇਆ ਆ ਆਫੀਸ਼ੀਅਲ ਜਿਹੜੀ ਉੱਥੇ ਟੀਮ ਆ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਕੋਚ ਕਰਦਾ ਤੇ ਮੇਰੇ ਵੀਰ ਨੇ ਇੱਕ ਮੇਰੀ ਸੇਵਾ ਲਈ ਹੋਈ ਆ ਤੇ ਤਾਂ ਕਰਕੇ ਕਰੋਨਾ ਕਰਕੇ ਸਾਰਾ ਕੁਝ ਸਟਕ ਹੋ ਗਿਆ ਨੇ ਤਾਂ ਇਸ ਵਾਰੀ ਤਾਂ ਭੰਗੜੇ ਨੂੰ ਹੋਰ ਦੇਸ਼ਾਂ ਦੇ ਵਿੱਚ ਪ੍ਰਮੋਟ ਕਰਨ ਦਾ ਸੁਪਨਾ ਸੀ ਪਰ ਕੋਈ ਗੱਲ ਨਹੀਂ ਉੱਥੇ ਵੀ ਪੰਜਾਬੀ ਬੈਠੇ ਆ ਤੇ ਕੋਈ ਵੀ ਦੇਸ਼ ਲਾ ਲਓ ਪੰਜਾਬੀ ਸਾਰੇ ਕਿਤੇ ਬੈਠੇ ਆ ਜੀ ਹਾਂਜੀ ਤੇ ਬੱਕਰੀਆਂ-ਵੱਕਰੀਆਂ ਕੰਟਰੀਆਂ ਦੇ ਵਿੱਚ ਮੌਕਾ ਮਿਲਣਾ ਸੀ ਕਿ ਭੰਗੜੇ ਨੂੰ ਪ੍ਰਮੋਟ ਕਰੀਏ ਜਿੱਥੇ ਅਜੇ ਪੰਜਾਬੀ ਘਟਿਆ ਹਾਂਜੀ ਤੇ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਇੰਗਲੈਂਡ ਦੇ ਵਿੱਚ ਭੰਗੜੇ ਦੇ ਕੋਚ ਹੋ ਤੇ ਨਾਲ ਹੀ ਨਾਲ ਤੁਸੀਂ ਇਹ ਵੀ ਦੱਸਿਆ ਸੀ ਸਾਨੂੰ ਕਿ ਐਲਈ ਦੇ ਵਿੱਚ ਵਰਲਡ ਕੱਪ ਹੋ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਭੰਗੜੇ ਦਾ ਵਰਲਡ ਕੱਪ ਦੇਖਣ ਨੂੰ ਮਿਲੇਗਾ ਇੰਗਲੈਂਡ ਦੇ ਵਿੱਚ ਫਿਲਹਾਲ ਦੀ ਘੜੀ ਤਾਂ ਜੀ ਉਹ ਸਾਰਾ ਪੋਸਟਪੋਨ ਹੋ ਗਿਆ ਹੋਊਗਾ ਨਹੀਂ ਹੋਊਗਾ ਹੁਣ ਇਹ ਕਰਾਉਣ ਵਾਲੇ ਜਾਂਦੇ ਆ ਜਾਂ ਮਾਲਕ ਜਾਂਦੇ ਆ ਜੀ ਪਹਿਲਾਂ ਆ ਪਿਛਲੇ ਸਾਲ ਤਾਂ ਹੋਣਾ ਸੀ ਹਾਂ ਜੀ ਸੋ ਹੁਣ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮੈਸੇਜ ਤਾਂ ਨਹੀਂ ਮੈਂ ਦੇਣਾ ਚਾਹਣਾ ਪਰ ਜੀ ਕੀ ਕਹਿੰਦੇ ਆ ਇੱਕ ਬੇਨਤੀ ਕਰਨਾ ਚਾਹਣਾ ਆਪਣੇ ਕਿਸਾਨੀ ਮੁੱਦਿਆਂ ਦੇ ਨਾਲ ਜਿਹੜਾ ਆਪਣੇ ਨਾਲ ਧੱਕਾ ਹੋ ਰਿਹਾ ਸਰਕਾਰਾਂ ਜਿਹੜੀਆਂ ਕਰਦੀਆਂ ਸਾਨੂੰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਕਿ ਜਿਹੜੀਆਂ ਇਕੀਆਂ ਦੁੱਕੀਆਂ ਬੋਲਣ ਡੀਆਂ ਵਾ ਕਿ ਮੋਰਚਾ ਠੰਡਾ ਪੈ ਗਿਆ ਉਹਨਾਂ ਨੇ ਜਵਾਬ ਦੇਈਏ ਆਪਾਂ ਦਿੱਲੀ ਪਹੁੰਚ ਕੇ ਕਿਸਾਨਾਂ ਦੇ ਨਾਲ ਖੜੀਏ ਤੇ ਉਹਨਾਂ ਦਾ ਹੌਸਲਾ ਵਧਾਈਏ ਤੇ ਬਾਕੀ ਪੰਜਾਬ ਸਾਡਾ ਸੋਨੇ ਦੀ ਚਿੜੀਆ ਸੋਨੇ ਦੀ ਚਿੜੀ ਰਹੂਗਾ ਕੋਈ ਇਹਨੂੰ ਪਿਛੇ ਨਹੀਂ ਕਰ ਸਕਦਾ ਧੰਨਵਾਦ ਬਹੁਤ ਸੁਣੀ ਗੱਲਾਂ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਕਿ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਹੋ ਤੇ ਬਹੁਤ ਚੰਗੀਆਂ ਗੱਲਾਂ ਬਾਤਾਂ ਅਸੀਂ ਅੱਜ ਕੀਤੀਆਂ ਨੇ ਤੇ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਕੁਝ ਜਾਣਨ ਦਾ ਮੌਕਾ ਮਿਲਿਆ ਤੁਹਾਡੇ ਬਾਰੇ ਅੱਜ ਧੰਨਵਾਦ ਜੀ ਪੰਜਾਬੀ ਨੈਸ਼ਨਲ ਟੀਵੀ ਦਾ ਵੀ ਧੰਨਵਾਦ ਕਿ ਜਿਨ੍ਹਾਂ ਨੇ ਇੱਥੇ ਬੁਲਾ ਕੇ ਇੰਨੀਆਂ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਦਿੱਤਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਇਸ ਦੇ ਨਾਲ ਹੀ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ ਅਗਲੇ ਐਪੀਸੋਡ ਦੇ ਵਿੱਚ ਇੱਕ ਵਾਰ ਫਿਰ ਤੋਂ ਮੁਲਾਕਾਤ ਹੋਵੇਗੀ ਉਦੋਂ ਤੱਕ ਦੇ ਲਈ ਮੈਨੂੰ ਯਾਨੀ ਕਿ ਪੂਜਾ ਸੰਧੂ ਤੇ ਦਵਿੰਦਰ ਮਾਨ ਜੀ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਤੇ ਦੇਖਦੇ ਰਹੋ ਸਾਡਾ ਪੰਜਾਬੀ ਨੈਸ਼ਨਲ ਟੀਵੀ ਨਾਲ ਹੀ ਨਾਲ ਤੁਸੀਂ YouTube ਚੈਨਲ ਤੇ Facebook ਪੇਜ ਲਾਈਕ ਕਰਨਾ ਨਹੀਂ ਭੁੱਲਣਾ Bye. <laughs>